ਇਸ ਟਾਈਮ ਤੁਸੀਂ ਇੰਡੀਆ ਸੀਨੀਅਰ ਟੀਮ ਦੇ ਵਿੱਚ ਖੇਡ ਰਹੇ ਆ? 3 ਸਾਲ ਹੋ ਗਏ ਮੈਂ ਇੰਡੀਆ ਟੀਮ ਦੇ ਵਿੱਚ, ਸੀਨੀਅਰ ਇੰਡੀਆ ਟੀਮ ਦੇ ਵਿੱਚ। 12 ਤੋਂ 13 ਮੁਲਕਾਂ ਦੇ ਵਿੱਚ ਜਾ ਕੇ ਟੂਰਨਾਮੈਂਟ ਖੇਡ ਚੁੱਕੀ ਹਾਂ ਇੰਡੀਆ। ਲਾ ਪਿਛਲੇ ਸਾਲ ਹੀ ਸਾਊਥ ਏਸ਼ੀਅਨ ਗੇਮ ਦੇ ਵਿੱਚੋਂ ਅਸੀਂ ਗੋਲਡ ਮੈਡਲ ਜਿੱਤਿਆ, ਅਤੇ ਉਸ ਤੋਂ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦੇ ਵਿੱਚੋਂ ਵੀ ਆਪਾਂ ਗੋਲਡ ਮੈਡਲ ਜਿੱਤਿਆ। ਫੁੱਟਬਾਲ ਦੇ ਵਿੱਚ 11 ਪਲੇਅਰ ਖੇਡਦੇ ਆ, ਉਹਨਾਂ ਦੇ ਵਿੱਚ 10 ਪਲੇਅਰ ਮੁੰਡੇ ਹੁੰਦੇ ਤਾਂ ਇੱਕ ਤੁਸੀਂ ਹੁੰਦੇ ਆ। ਕੁੜੀਆਂ ਨੂੰ ਘਰ ਦੇ ਅੰਦਰ ਰੱਖ ਕੇ ਉਹਨਾਂ ਦੇ ਮਾਂ ਪੇ ਇਹ ਕਹਿੰਦੇ ਆ ਬਈ ਸਿਲਾਈ ਸਿੱਖੋ, ਕਢਾਈ ਸਿੱਖੋ ਜਾਂ ਬਿਊਟੀ ਪਾਰਲਰ ਦਾ, ਕਿਸੇ ਕੋਈ ਕੋਈ ਮਾਪੇ ਇਹ ਨਹੀਂ ਦੇਖਦੇ ਕਿ ਉਹ ਕੁੜੀ ਦੇ ਮਨ ਦੇ ਵਿੱਚ ਕੀ ਆ, ਉਹ ਕੀ ਕਰਨਾ ਚਾਹੁੰਦੀ ਆ। ਕੁੜੀਆਂ ਨੂੰ ਇਸ ਤਰ੍ਹਾਂ ਢਾਲ ਦਿੱਤਾ ਜਾਂਦਾ ਹੈ ਕਿ ਜੋ ਕਹਿਤਾ ਤੂੰ ਉਹੀ ਕਰਨਾ। ਤੁਸੀਂ ਆਪ ਨਾ ਕਹੋ ਵੀ ਸਾਡਾ ਅਸੀਂ ਆਹ ਬਣਾਉਣਾ ਬੱਚੇ ਨੂੰ, ਆਹ ਬਣਾਉਣਾ ਬੱਚੇ ਨੂੰ। ਬੱਚੇ ਨੂੰ ਪੁੱਛੋ ਤੁਹਾਡਾ ਤੇਰਾ ਇੰਟਰਸਟ ਕਿੱਧਰ ਆ, ਖਾਸ ਕਰਕੇ ਲੜਕੀਆਂ ਨੂੰ। ਅਤੇ ਮੇਨ ਤਾਂ ਮੇਰਾ ਇਹੀ ਆ ਕਿ ਮੈਂ ਆਪਣੇ ਇੰਡੀਆ ਟੀਮ ਨੂੰ ਫੀਫਾ ਵਰਲਡ ਕੱਪ ਦੇ ਵਿੱਚ ਖੇਡਦੇ ਹੋਏ ਦੇਖਾਂ। ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੂੰ ਭਾਲਟਾ ਸਵਾਗਤ ਕਰਦਾ ਹਾਂ। ਅੱਜ ਅਸੀਂ ਆਏ ਹਾਂ ਮਾਲਪੁਰ ਕਸਬੇ ਦੇ ਛੋਟੇ ਜਿਹੇ ਪਿੰਡ ਮੁੱਗਵਾਲ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੁੱਗਵਾਲ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮਸ਼ਹੂਰ ਕ੍ਰਾਂਤੀਕਾਰੀ, ਸਮਾਜ ਸੁਧਾਰਕ, ਗਦਰੀ ਲਹਿਰ ਦੇ ਆਗੂ ਬਾਬੂ ਮੰਗੂ ਰਾਮ ਜੀ ਦੀ ਜਨਮ ਭੂਮੀ ਹੈ। ਮੁੱਗਵਾਲ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਲਪੁਰ ਤੋਂ 5 ਕਿਲੋਮੀਟਰ ਚੰਡੀਗੜ੍ਹ ਰੋਡ 'ਤੇ ਸਥਿਤ ਹੈ। ਅੱਜ ਦੁਆਰਾ ਇਸ ਸਰਜ਼ਮੀਨ ਨੂੰ ਭਾਰਤ ਦੇ ਨਕਸ਼ੇ 'ਤੇ ਲਿਆਂਦਾ ਹੈ ਇੱਥੋਂ ਦੀ ਜਨਮੀ ਇੱਕ ਧੀ ਨੇ। ਮੈਂ ਗੱਲ ਕਰ ਰਿਹਾ ਹਾਂ ਮਨੀਸ਼ਾ ਦੀ, ਜੋ ਕਿ 2020-2021 ਦੀ ਬੈਸਟ ਫੁੱਟਬਾਲ ਇਮਰਜਿੰਗ ਪਲੇਅਰ ਆਫ ਦਾ ਈਅਰ ਚੁਣੀ ਗਈ ਹੈ ਅਤੇ ਜਿਸ ਨੇ ਸਾਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਮਨੀਸ਼ਾ ਜੋ ਕਿ ਇੰਡੀਅਨ ਫੁੱਟਬਾਲ ਟੀਮ ਦੀ ਪਲੇਅਰ ਹੈ, ਆਓ ਚੱਲੀਏ ਮਨੀਸ਼ਾ ਦੇ ਘਰ। ਤੁਸੀਂ ਸਾਰੇ ਜਾਣਦੇ ਹੋਵੋਗੇ ਦਰਸ਼ਕੋ ਕਿ ਮਾਲਪੁਰ ਨੂੰ ਅਸੀਂ ਫੁੱਟਬਾਲ ਦੀ ਨਰਸਰੀ ਵਜੋਂ ਜਾਣਦੇ ਹਾਂ ਅਤੇ ਇਸੇ ਲੜੀ ਦੇ ਅਧੀਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੁੱਗਵਾਲ, ਜਿੱਥੋਂ ਦੀ ਇੱਕ ਸਾਡੀ ਧੀ ਬੱਚੀ ਜੋ ਕਿ ਇੱਕ ਇੰਟਰਨੈਸ਼ਨਲ ਫੁੱਟਬਾਲਰ ਦੇ ਤੌਰ 'ਤੇ ਉੱਭਰੀ ਹੈ, ਮਨੀਸ਼ਾ ਜੀ। ਮਨੀਸ਼ਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪੰਜਾਬੀ ਸਟੂਡੀਓ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਤੁਸੀਂ ਇੱਥੇ ਆਏ। ਹਾਂਜੀ ਮਨੀਸ਼ਾ ਜੀ, ਮਨੀਸ਼ਾ ਜੀ ਜਾਣੀ ਕਿ ਜਿੱਦਾਂ ਪਹਿਲਾਂ ਇਹ ਮੰਨਿਆ ਜਾਂਦਾ ਵੀ ਸ਼ਾਹ ਬਿਨਾਂ ਪੱਤ ਨਹੀਂ ਗੁਰੂ ਬਿਨਾਂ ਗੱਤ ਨਹੀਂ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਇਸ ਫੀਲਡ ਦੇ ਵਿੱਚ ਕਿੱਦਾਂ ਆਏ, ਤੁਹਾਨੂੰ ਕੌਣ ਤੁਹਾਡਾ ਰੋਲ ਮਾਡਲ ਹੈ ਵੀ ਜਿਹਨੂੰ ਦੇਖ ਕੇ ਤੁਸੀਂ ਫੁੱਟਬਾਲ ਦੇ ਫੀਲਡ ਵਿੱਚ ਆਏ ਜੀ? ਮੈਂ ਪਹਿਲਾਂ ਆਪਣੇ ਪਿੰਡ ਸਕੂਲ ਦੇ ਵਿੱਚ ਪੜ੍ਹਦੀ ਸੀ ਅਤੇ ਮੈਂ 6ਵੀਂ ਅਤੇ 7ਵੀਂ ਜਮਾਤ ਦੇ ਵਿੱਚ ਮੈਂ ਐਥਲੈਟਿਕ ਕਰਦੀ ਹੁੰਦੀ ਸੀ ਅਤੇ ਜਦੋਂ ਸਾਡੀ ਐਥਲੈਟਿਕਸ ਦੀ ਪ੍ਰੈਕਟਿਸ ਖਤਮ ਹੋ ਜਾਂਦੀ ਸੀ ਸਾਨੂੰ ਬ੍ਰਹਮਜੀਤ ਸਰ ਹੱਲੂਵਾਲ ਦੇ ਸਾਡੇ ਕੋਲ ਸੀ ਅਤੇ ਜਦੋਂ ਸਾਡੀ ਪ੍ਰੈਕਟਿਸ ਖਤਮ ਹੋ ਜਾਂਦੀ ਸੀ ਅਤੇ ਮੈਂ ਫੁੱਟਬਾਲ ਖੇਡਦੀ ਹੁੰਦੀ ਸੀ ਆਪਣੇ ਪਿੰਡ ਦੇ ਮੁੰਡਿਆਂ ਦੇ ਵਿੱਚ ਜਦੋਂ ਪ੍ਰੈਕਟਿਸ ਖਤਮ ਹੋ ਜਾਂਦੀ ਸੀ ਅਤੇ ਇੱਕ ਦਿਨ ਸਰ ਸੀਗੇ ਉਹਨਾਂ ਨੇ ਮੈਨੂੰ ਦੇਖਿਆ ਫੁੱਟਬਾਲ ਖੇਡਦਿਆਂ ਨੂੰ ਅਤੇ ਉਹਨਾਂ ਨੇ ਮੇਰੇ ਪੁੱਛਿਆ ਕਿ ਤੂੰ ਫੁੱਟਬਾਲ ਖੇਡਣਾ ਚਾਹੁੰਦੀ ਹੈ? ਮੈਂ ਕਿਹਾ ਹਾਂਜੀ, ਕਿਉਂਕਿ ਉਹ ਵੀ ਪਹਿਲਾਂ ਫੁੱਟਬਾਲਰ ਰਹਿ ਚੁੱਕੇ ਸੀ ਅਤੇ ਉਹਨਾਂ ਨੇ ਮੇਰੇ ਡਿਸਟ੍ਰਿਕਟ ਟੀਮ ਦੇ ਟਰਾਇਲ ਦਿਲਵਾਇਆ ਹੁਸ਼ਿਆਰਪੁਰ ਟੀਮ ਦੇ ਅਤੇ ਮੈਂ ਸਿਲੈਕਸ਼ਨ ਹੋ ਗਈ ਸੀ ਮੇਰੀ ਉੱਤੇ ਅਤੇ ਪਰ ਮੈਂ ਆਪਣੇ ਡਿਸਟ੍ਰਿਕਟ ਦੀ ਟੀਮ ਵੱਲੋਂ ਖੇਡੀ ਸੀ ਹੁਸ਼ਿਆਰਪੁਰ ਵੱਲੋਂ, ਪਰ ਮੇਰੀ ਪਰਫੋਰਮੈਂਸ ਇੰਨੀ ਵਧੀਆ ਨਹੀਂ ਸੀ ਅਤੇ ਮੈਨੂੰ ਬਹੁਤ ਵਧੀਆ ਨਹੀਂ ਲੱਗਾ ਕਿਉਂਕਿ ਮੈਨੂੰ ਇੱਕ ਤਰ੍ਹਾਂ ਦਾ ਇੱਦਾਂ ਹੋ ਗਿਆ ਸੀ ਕਿਉਂਕਿ ਮੈਨੂੰ ਫੁੱਟਬਾਲ ਵਧੀਆ ਲੱਗਣ ਲੱਗ ਪਿਆ ਸੀਗਾ ਕਾਫੀ ਜ਼ਿਆਦਾ ਅਤੇ ਮੈਂ ਸੋਚਿਆ ਕਿ ਮੈਂ ਹੋਰ ਮਿਹਨਤ ਕਰਨੀ ਹੈ ਅਤੇ ਅਗਲੀ ਵਾਰ ਵਧੀਆ ਪਰਫੋਰਮੈਂਸ ਦੇਣੀ ਆ ਅਤੇ ਮੈਂ ਮਿਹਨਤ ਕੀਤੀ ਹੋਰ ਜ਼ਿਆਦਾ। ਸਰ ਮੈਨੂੰ ਪ੍ਰੈਕਟਿਸ ਕਰਵਾਉਂਦੇ ਹੁੰਦੇ ਸੀਗੇ ਅਤੇ ਉਸ ਤੋਂ ਬਾਅਦ ਅਤੇ ਫਿਰ ਮੈਂ
8ਵੀਂ ਦੇ ਵਿੱਚ ਮੇਰੀ ਪਹਿਲੀ ਨੈਸ਼ਨਲ ਖੇਡੀ ਸੀ ਮੈਂ ਆਸਾਮ ਗੁਹਾਟੀ ਦੇ ਵਿੱਚ। ਹਾਂਜੀ ਮਨੀਸ਼ਾ ਜੀ, ਇੱਥੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡੀ ਸਕੂਲਿੰਗ ਕਿੱਥੇ ਕਿੱਥੋਂ ਹੋਈ ਅਤੇ ਕਿੱਥੇ ਤੱਕ ਤੁਸੀਂ ਪੜ੍ਹ ਅਤੇ ਮੌਜੂਦਾ ਤੁਸੀਂ ਕਿੱਥੇ ਪੜ੍ਹ ਰਹੇ ਹਾਂ? ਅਤੇ ਪਹਿਲਾਂ ਮੈਂ 8ਵੀਂ ਆਪਣੇ 8ਵੀਂ ਤੱਕ ਆਪਣੇ ਪਿੰਡ ਤੋਂ ਕੀਤੀ ਅਤੇ ਉਸ ਤੋਂ ਬਾਅਦ ਫਿਰ ਮੈਂ ਪਾਲਦੀ ਚਲੀ ਗਈ ਸੀ ਕਿਉਂਕਿ ਸਾਡੇ ਇੱਧਰ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿਤੇ ਵੀ ਫੁੱਟਬਾਲ ਦੀ ਟ੍ਰੇਨਿੰਗ ਨਹੀਂ ਸੀ ਮਿਲਦੀ। ਪਾਲਦੀ ਅਕੈਡਮੀ ਉੱਥੇ ਕੁੜੀਆਂ ਦੀ ਟੀਮ ਸੀ ਅਤੇ ਉੱਥੇ ਇਸ ਲਈ ਗਈ ਸੀ ਕਿਉਂਕਿ ਉੱਥੇ ਪ੍ਰੈਕਟਿਸ ਵੀ ਵਧੀਆ ਹੋ ਰਹੀ ਸੀ ਅਤੇ ਕਾਫੀ ਵਧੀਆ ਸੀਗਾ ਉਹਨਾਂ ਦਾ, ਪੜ੍ਹਾਈ ਪੱਖੋਂ ਵੀ ਪੂਰੀ ਹੈਲਪ ਕਰਦੇ ਸੀ ਅਤੇ ਐਗਜ਼ਾਮ ਜਦੋਂ ਹੁੰਦੇ ਸੀ ਉਹ ਸਾਨੂੰ ਸਪੈਸ਼ਲ ਕਲਾਸਿਸ ਲਗਾ ਦਿੰਦੇ ਸੀ ਪਲੇਅਰਸ ਦੀ ਪੜ੍ਹਾਈ ਦੇ। ਠੀਕ ਹੈ ਜੀ, ਯਾਨੀ ਕਿ ਤੁਸੀਂ ਉੱਥੋਂ ਪਲੱਸ ਟੂ ਕੀਤੀ ਪਾਸ ਅਤੇ ਹੁਣ ਤੁਸੀਂ ਕਿੱਥੇ ਸਟੱਡੀ ਕਰ ਰਹੇ ਹੋ? ਮੈਂ 9ਵੀਂ ਤੋਂ ਪਲੱਸ ਟੂ ਤੱਕ ਮੈਂ ਆਪਣੇ ਪਾਲਜੀ ਸਕੂਲ ਕੀਤੀ ਅਤੇ ਉਸ ਤੋਂ ਬਾਅਦ ਫਿਰ ਹੁਣ ਮੈਂ MCM DAV ਕਾਲਜ ਚੰਡੀਗੜ੍ਹ ਦੇ ਵਿੱਚ ਗ੍ਰੈਜੂਏਸ਼ਨ ਕਰ ਰਹੇ ਹਾਂ। ਠੀਕ ਆ ਮਨੀਸ਼ਾ ਜੀ, ਇਹ ਤਾਂ ਤੁਹਾਡਾ ਹੋ ਗਿਆ ਬਈ ਤੁਸੀਂ ਸਟੱਡੀ ਕਿੱਥੋਂ ਕੀਤੀ ਆ। ਹੁਣ ਦਰਸ਼ਕਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਬਈ ਜਿੱਦਾਂ ਤੁਸੀਂ ਪਲੱਸ ਟੂ ਤੋਂ ਬਾਅਦ ਕਿਹੜੇ ਕਿਹੜੇ ਕੰਪੀਟੀਸ਼ਨ ਇੱਥੇ ਨੈਸ਼ਨਲ ਅਤੇ ਇੰਟਰਨੈਸ਼ਨਲ ਕਿਹੜੇ ਕਿਹੜੇ ਕੰਪੀਟੀਸ਼ਨ ਖੇਡ ਚੁੱਕੇ ਹੋ ਹੁਣ ਤੱਕ? ਮੈਂ ਜਦੋਂ 11th ਦੇ ਵਿੱਚ ਸੀਗੀ ਤਦ ਅਸੀਂ ਇੱਕ ਮੈਂ ਆਪਣੀ ਫੁੱਟਬਾਲ ਅਕੈਡਮੀ ਪਾਲਦੀ ਵੱਲੋਂ ਹੀ ਇੱਕ ਟੂਰਨਾਮੈਂਟ ਖੇਡਿਆ ਸੀ ਊਰਜਾ ਕੱਪ ਅਤੇ ਉੱਥੇ ਇੱਕ ਸਰ ਸੀ ਬੋਏ ਸਰ ਅਤੇ ਉਹਨਾਂ ਨੇ ਮੈਨੂੰ ਔਫਰ ਕੀਤਾ ਕਿ ਮੁੰਬਈ ਦੇ ਵਿੱਚ ਸੈਕਿੰਡ ਡਿਵੀਜ਼ਨ ਲੀਗ ਖੇਡਣ ਲਈ IWL ਦੀ ਅਤੇ ਇੰਡੀਅਨ ਵੂਮੈਨ ਲੀਗ ਜੋ ਹਰ ਸਾਲ ਹੁੰਦੀ ਆ ਅਤੇ ਉੱਥੇ ਖੇਡਣ ਲਈ ਮੈਨੂੰ ਕਿਹਾ ਅਤੇ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਅਤੇ ਮੈਂ ਮੁੰਬਈ ਚਲੀ ਗਈ ਖੇਡਣ ਅਤੇ ਉੱਥੇ ਕਾਫੀ ਦੂਸਰੇ ਕਲੱਬ ਦੇ ਵੀ ਆਏ ਹੋਏ ਸੀਗੇ ਸਿਲੈਕਟਰ ਵਗੈਰਾ ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਸੇਤੂ FC ਜੁਆਇਨ ਕੀਤਾ। ਮੈਂ IWL ਖੇਡੀ ਅਤੇ ਉੱਥੇ ਇੰਡੀਆ ਟੀਮ ਦੇ ਸਿਲੈਕਟਰ ਵਗੈਰਾ ਆਏ ਹੁੰਦੇ ਆ ਅਤੇ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਮੈਂ ਫਸਟ U17 ਇੰਡੀਆ ਟੀਮ ਵੱਲੋਂ ਖੇਡਿਆ ਅਤੇ ਅਸੀਂ ਸਾਊਥ ਅਫਰੀਕਾ ਦੇ ਵਿੱਚ ਜਾ ਕੇ ਟੂਰਨਾਮੈਂਟ ਖੇਡਿਆ ਸੀਗਾ ਬ੍ਰਿਕਸ ਕੱਪ। ਅਤੇ ਤੁਸੀਂ U17 ਜੂਨੀਅਰ ਤੋਂ ਸਟਾਰਟ ਕੀਤਾ, ਹੁਣ ਤੁਸੀਂ ਸੀਨੀਅਰ ਟੀਮ ਦੇ ਵਿੱਚ ਐਜ਼ ਏ 11 ਦੇ ਵਿੱਚ ਖੇਡ ਰਹੇ ਹਾਂ ਜੀ? ਨਹੀਂ, ਮੈਂ 11 ਜਦੋਂ 12th ਦੇ ਵਿੱਚ 12th ਦੇ ਵਿੱਚ ਆਈ ਸੀ ਤਾਂ ਮੈਂ U17 ਦੇ ਵਿੱਚ ਬ੍ਰਿਕਸ ਕੱਪ ਖੇਡਣ ਗਈ ਸੀ ਸਾਊਥ ਅਫਰੀਕਾ ਅਤੇ ਉਸ ਤੋਂ ਬਾਅਦ ਫਿਰ ਮੈਂ U18 ਸੈਫ ਕੱਪ ਭੂਟਾਨ ਵਿੱਚ ਖੇਡਿਆ ਅਤੇ ਉਸ ਤੋਂ ਬਾਅਦ ਥਾਈਲੈਂਡ ਆਪਾਂ AFC ਕੁਆਲੀਫਾਇਰ ਰਾਊਂਡ ਖੇਡੇ ਅਤੇ ਉੱਥੇ ਮੇਰੀ ਪਰਫੋਰਮੈਂਸ ਵਧੀਆ ਆਉਣ ਦੇ ਕਾਰਨ ਅਤੇ ਫਿਰ ਮੈਨੂੰ ਸੀਨੀਅਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਪਹਿਲਾਂ ਅਸੀਂ ਕੈਂਪ ਸੀਗਾ ਸਾਡਾ 1 ਮਹੀਨੇ ਦਾ ਅਤੇ ਉੱਥੇ ਮੈਂ ਪ੍ਰੈਕਟਿਸ ਦੇ ਵਿੱਚ ਆਪਣੀ ਪਰਫੋਰਮੈਂਸ ਦਿਖਾਈ, ਉਹਨਾਂ ਨੂੰ ਮੇਰੀ ਗੇਮ ਵਧੀਆ ਲੱਗੀ ਅਤੇ ਮੈਂ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋਈ ਅਤੇ ਮੈਂ ਹੁਣ 3 ਸਾਲ ਹੋ ਗਏ ਮੈਂ ਇੰਡੀਆ ਟੀਮ ਦੇ ਵਿੱਚ ਸੀਨੀਅਰ ਇੰਡੀਆ ਟੀਮ ਦੇ ਵਿੱਚ। ਇਸ ਟਾਈਮ ਤੁਸੀਂ ਇੰਡੀਆ ਸੀਨੀਅਰ ਟੀਮ ਦੇ ਵਿੱਚ ਖੇਡ ਰਹੇ ਹਾਂ? ਹਾਂਜੀ ਹਾਂਜੀ। ਅਤੇ ਮਨੀਸ਼ਾ ਜੀ, ਜਿੱਦਾਂ ਤੁਸੀਂ ਹੁਣ ਤੱਕ ਕਿੰਨੇ ਇੰਟਰਨੈਸ਼ਨਲ ਅਤੇ ਨੈਸ਼ਨਲ ਟੂਰਨਾਮੈਂਟ ਖੇਡ ਚੁੱਕੇ ਹਾਂ ਹੁਣ ਤੱਕ? ਮੈਂ ਲਗਭਗ 12-13 ਮੁਲਕਾਂ ਦੇ ਵਿੱਚ ਜਾ ਕੇ ਟੂਰਨਾਮੈਂਟ ਖੇਡ ਚੁੱਕੀ ਹਾਂ ਇੰਡੀਆ ਟੀਮ ਵੱਲੋਂ। ਇੰਟਰਨੈਸ਼ਨਲ ਤੁਸੀਂ 12-13 ਦੇਸ਼ਾਂ ਦੇ ਵਿੱਚ ਖੇਡ ਚੁੱਕੇ ਹਾਂ, ਐਜ਼ ਏ ਸੀਨੀਅਰ ਜਾਂ U17 ਜਾਂ U18 ਵਿੱਚ ਖੇਡੇ ਤੁਸੀਂ ਅਤੇ ਸੀਨੀਅਰ ਦੇ ਵਿੱਚ ਕਿੰਨੇ ਟੂਰਨਾਮੈਂਟ ਹੁਣ ਤੱਕ ਖੇਡ ਚੁੱਕੇ ਹਾਂ ਤੁਸੀਂ? ਮੈਂ ਮੈਂ ਸਿਰਫ 3 ਟੂਰਨਾਮੈਂਟ ਆਪਣੇ ਜੂਨੀਅਰ ਲੈਵਲ ਦੇ ਵਿੱਚ ਖੇਡੇ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਸੀਨੀਅਰ ਟੀਮ ਦੇ ਵਿੱਚ ਭੇਜ ਦਿੱਤਾ ਸੀ ਅਤੇ ਮੈਂ ਲਗਭਗ 9-10 ਸੀਨੀਅਰ ਟੀਮ ਵਿੱਚ ਖੇਡ ਚੁੱਕੀ ਹਾਂ। ਠੀਕ ਆ ਮਨੀਸ਼ਾ ਜੀ, ਜਦੋਂ ਦੇ ਤੁਸੀਂ ਸੀਨੀਅਰ ਟੀਮ ਵਿੱਚ ਹੋ ਤੁਹਾਡੀ ਯਾਨੀ ਕਿ ਇੰਡੀਅਨ ਵੂਮੈਨ ਟੀਮ ਦੀ ਕੀ ਪਰਫੋਰਮੈਂਸ ਰਹੀ, ਕਿੱਥੇ ਕਿੱਥੇ ਕੰਪੀਟੀਸ਼ਨ ਕੋਈ ਤੁਸੀਂ ਵਿਨ ਕੀਤਾ ਇੰਡੀਅਨ ਵੂਮੈਨ ਟੀਮ ਨੇ? ਹਾਂਜੀ, ਅਸੀਂ ਕਾਫੀ ਟੂਰਨਾਮੈਂਟ ਖੇਡ ਚੁੱਕੇ, ਫਰੈਂਡਲੀ ਮੈਚਿਸ ਆਲੇ ਦੁਆਲੇ ਜਿਹੜੇ ਸਾਡੇ ਲਾਗੇ ਦੇ ਦੇਸ਼ ਆ ਉਹਨਾਂ ਨਾਲ ਫਰੈਂਡਲੀ ਮੈਚਿਸ ਵੀ ਕਾਫੀ ਖੇਡ ਚੁੱਕੇ ਹਾਂ ਅਸੀਂ ਅਤੇ ਅਸੀਂ ਪਿਛਲੇ ਸਾਲ ਹੀ ਸਾਊਥ ਏਸ਼ੀਅਨ ਗੇਮ ਦੇ ਵਿੱਚੋਂ ਅਸੀਂ ਗੋਲਡ ਮੈਡਲ ਜਿੱਤਿਆ ਅਤੇ ਉਸ ਤੋਂ ਬਾਅਦ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦੇ ਵਿੱਚੋਂ ਵੀ ਆਪਾਂ ਗੋਲਡ ਮੈਡਲ ਜਿੱਤਿਆ। ਹਾਂਜੀ ਮਨੀਸ਼ਾ ਜੀ ਜਿੱਦਾਂ ਤੁਹਾਡੀ ਸਕੂਲਿੰਗ ਪਾਲਦੀ ਤੋਂ ਹੋਈ ਆ, ਉਸ ਤੋਂ ਬਾਅਦ ਤੁਸੀਂ ਇੰਟਰਨੈਸ਼ਨਲ ਖੇਡੇ, ਇਹ ਜਿਹੜਾ ਸਮਾਂ ਸੀ ਇਹਦੇ ਵਿਚਕਾਰ ਤੁਸੀਂ ਕਿੱਦਾਂ ਦੇਖਦੇ ਆ ਬਈ ਤੁਹਾਨੂੰ ਕੀ ਡਿਫਰੈਂਸ ਲੱਗਦਾ ਇੰਟਰਨੈਸ਼ਨਲ ਖੇਡਣਾ ਅਤੇ ਸਕੂਲ ਦੇ ਵਿੱਚ ਜਿੱਦਾਂ ਛੋਟੇ ਪਿੰਡ ਤੋਂ ਤੁਸੀਂ ਗਏ ਆ, ਕੀ ਸੋਚਦੇ ਆ ਤੁਸੀਂ? ਜਦੋਂ ਸਕੂਲ ਦੇ ਵਿੱਚ ਮੈਂ ਆਪਣੇ ਪ੍ਰੈਕਟਿਸ ਕਰ ਦਿੰਦੀ ਸੀ ਤਾਂ ਸਿਰਫ ਸਾਡਾ ਮੋਟਿਵ ਹੁੰਦਾ ਸੀ ਕਿ ਨੈਸ਼ਨਲ ਖੇਡੀਏ ਬਸ, ਅਤੇ ਉਸ ਤੋਂ ਬਾਅਦ ਜ਼ਿਆਦਾ ਕੁਛ ਨਹੀਂ ਸੀ ਪਤਾ ਕਿ ਇੰਡੀਆ ਟੀਮ ਦੇ ਵਿੱਚ ਵੀ ਜਾ ਸਕਦੇ ਹਾਂ, ਇੱਦਾਂ ਦੀ ਕੋਈ ਮੈਨੂੰ ਨੌਲੇਜ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਫਿਰ
ਜਦੋਂ ਮੈਂ ਆਪਣੇ ਕਲੱਬ ਜੁਆਇਨ ਕੀਤਾ ਕੈਂਕਰੇ FC ਤਾਂ ਉੱਥੇ ਮੈਨੂੰ ਆਲੇ ਦੁਆਲੇ ਜੋ ਸਾਡੇ ਰਾਜ ਹੈਗੇ ਆਸਾਮ ਵਗੈਰਾ ਮਣੀਪੁਰ ਬੰਗਾਲ ਉਹਨਾਂ ਦੀਆਂ ਕੁੜੀਆਂ ਨੂੰ ਮਿਲੀ ਮੈਂ ਅਤੇ ਉਹਨਾਂ ਤੋਂ ਮੈਨੂੰ ਕਾਫੀ ਨੌਲੇਜ ਮਿਲੀ ਇਸ ਚੀਜ਼ ਫੁੱਟਬਾਲ ਬਾਰੇ ਕਿ ਅਸੀਂ ਫੁੱਟਬਾਲ ਦੇ ਵਿੱਚ ਵੀ ਸਕੋਪ ਆ ਅਸੀਂ ਹੋਰ ਮਿਹਨਤ ਕਰਦੇ ਹਾਂ ਅੱਗੇ ਨੈਸ਼ਨਲ ਟੀਮ ਦੇ ਵਿੱਚ ਖੇਡ ਸਕਦੇ ਹਾਂ ਹੋਰ ਮਿਹਨਤ ਕਰਦੇ ਹਾਂ ਬਾਹਰ ਜਾ ਕੇ ਕਿਸੇ ਕੰਟਰੀ ਦੇ ਕਲੱਬਸ ਦੇ ਵਿੱਚ ਜਾ ਖੇਡ ਸਕਦੇ ਹਾਂ ਅਤੇ ਆਪਣੇ ਇੰਡੀਆ ਦੇ ਵਿੱਚ ਹੀ ਕਾਫੀ ਕਲੱਬਸ ਹੈਗੇ ਆ ਜਿਹੜੇ ਅੱਗੇ ਆ ਰਹੇ ਆ ਹੁਣ ਵੂਮੈਨਸ ਦੇ ਵੀ ਅਤੇ ਇਸ ਤਰ੍ਹਾਂ ਦਾ ਸਭ ਪਤਾ ਚੱਲਿਆ ਅਤੇ ਫਿਰ ਮੈਨੂੰ ਪਤਾ ਮੈਂ ਕਾਫੀ ਪਲੇਅਰ ਦੇਖੇ ਆਪਣੇ ਇੰਟਰਨੈਸ਼ਨਲ ਦੇ ਜਦੋਂ ਮੈਂ ਖੇਡਦੀ ਹੁੰਦੀ ਸੀ ਮੈਂ ਕਾਫੀ ਜਿਵੇਂ ਬਾਲਾ ਦੇਵੀ ਬਹੁਤ ਨਾਮ ਆ ਉਹਨਾਂ ਦਾ ਫੁੱਟਬਾਲ ਦੇ ਵਿੱਚ ਅਤੇ ਹੋਰ ਵੀ ਅਦਿਤੀ ਚੌਹਾਨ ਆਸ਼ਾ ਲਤਾ ਸੰਗੀਤਾ ਦੀ ਇਹ ਕਾਫੀ ਬਹੁਤ ਵੱਡੇ ਨਾਮ ਆ ਫੁੱਟਬਾਲਰ ਦੇ ਜੇ ਅਸੀਂ ਫੁੱਟਬਾਲਰ ਦੇ ਬਾਰੇ ਨੌਲੇਜ ਸਟੱਡੀ ਕਰਦੇ ਹਾਂ ਇਹਨਾਂ ਵਿੱਚ ਕਾਫੀ ਨਾਮ ਆ ਕਈ ਫੁੱਟਬਾਲਰ ਆ ਜਿਹੜੇ ਬਹੁਤ ਵਧੀਆ ਅਚੀਵ ਕਰ ਚੁੱਕੇ ਆਪਣੇ ਸਮੇਂ 'ਤੇ ਅਤੇ ਮੈਨੂੰ ਇਹਨਾਂ ਬਾਰੇ ਜਾਣਨ ਦਾ ਮੌਕਾ ਮਿਲਿਆ ਉਸ ਟਾਈਮ ਦੇ ਵਿੱਚ ਅਤੇ ਉਸ ਟਾਈਮ ਉਹਨਾਂ ਦੇ ਮੈਂ ਗੇਮ ਦੇਖੀ ਉਹਨਾਂ ਦੇ ਐਨਾਲਾਈਜ਼ ਕੀਤਾ ਕਿ ਉਹ ਕਿਸ ਹਿਸਾਬ ਨਾਲ ਕਿੱਦਾਂ ਦੀ ਉਹਨਾਂ ਦੀ ਖੇਡਣ ਦਾ ਸਟਾਈਲ ਆ ਅਤੇ ਮੈਂ ਕੰਪੇਅਰ ਕੀਤਾ ਕਿ ਮੈਂ ਕਿੱਥੇ ਹਾਂ ਅਤੇ ਉਹ ਕਿੱਥੇ ਕਿਉਂਕਿ ਮੈਨੂੰ ਉਸ ਹਿਸਾਬ ਨਾਲ ਪ੍ਰੈਕਟਿਸ ਕਰਨੀ ਪੈਣੀ ਸੀ ਕਿਉਂਕਿ ਮੈਨੂੰ ਉਹਨਾਂ ਦੇ ਵਿੱਚ ਜਾ ਕੇ ਮੈਂ ਖੇਡਣਾ ਆ ਅਤੇ ਤਾਂ ਕਰਕੇ ਮੈਂ ਆਪਣਾ ਉਸ ਹਿਸਾਬ ਦੇ ਨਾਲ ਫਿਰ ਟ੍ਰੇਨਿੰਗ ਸ਼ਡਿਊਲ ਰੱਖਿਆ ਕਿਉਂਕਿ ਜਦੋਂ ਅਸੀਂ ਪਾਲੀ ਦੇ ਵਿੱਚ ਟ੍ਰੇਨਿੰਗ ਹੁੰਦੀ ਸੀਗੀ ਅਤੇ ਮੈਂ ਉਸ ਤੋਂ ਬਾਅਦ ਫਿਰ ਮੈਂ ਉਸ ਤੋਂ ਬਾਅਦ ਐਕਸਟਰਾ ਵੀ ਕਰਦੀ ਹੁੰਦੀ ਸੀ ਈਵਨਿੰਗ ਦੇ ਵਿੱਚ ਆਪਣੇ ਗਰਾਊਂਡ ਦੇ ਵਿੱਚ ਆ ਕੇ ਅਤੇ ਮੈਂ ਉਸ ਟਾਈਮ ਜਦੋਂ ਈਵਨਿੰਗ ਦੇ ਵਿੱਚ ਆ ਕੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਹੁੰਦੀ ਸੀ ਤਾਂ ਮੈਂ ਇਹ ਦੇਖਦੀ ਹੁੰਦੀ ਸੀ ਕਿ ਮੈਂ ਆਪਣੀ ਕਿਸ ਚੀਜ਼ ਦੇ ਵਿੱਚ ਮੇਰੀ ਘਾਟ ਆ ਮੈਂ ਕੀ ਇੰਪਰੂਵ ਕਰਾਂ ਜਿਹਦੇ ਨਾਲ ਮੇਰਾ ਇਹ ਚੀਜ਼ ਸਹੀ ਹੋ ਜਾਵੇ ਇੰਪਰੂਵਮੈਂਟ ਲਈ ਆਪਣੇ ਲਈ ਅਤੇ ਫਿਰ ਉਸ ਫਿਰ ਮੈਂ ਆਪਣੇ ਆਪ ਨੂੰ ਇੰਪਰੂਵ ਕੀਤਾ ਅੱਗੇ ਗੇਮ ਦੇ ਵਿੱਚ ਆਉਣ ਲਈ ਅਤੇ ਫਿਰ ਜਦੋਂ ਕਲੱਬਸ ਖੇਡਣ ਗਏ ਸੀਗੇ ਮੈਂ ਜਦੋਂ ਕਿੰਕਰੇ ਤੋਂ ਵਾਪਸ ਆਈ ਸੀ ਤਾਂ ਮੈਨੂੰ ਉੱਥੇ ਕਾਫੀ ਥੋੜ੍ਹਾ ਲੱਗਾ ਸੀ ਮੋਰਲ ਡਾਊਨ ਹੋਇਆ ਸੀ ਕਿਉਂਕਿ ਉੱਥੇ ਮੈਂ ਮੈਚਿਸ ਖੇਡੇ ਵਧੀਆ ਖੇਡੇ ਸੀਗੇ ਪਰ ਜਿੱਦਾਂ ਦੇ ਉਹਨਾਂ ਦਾ ਲੈਵਲ ਸੀਗਾ ਅਤੇ ਫਿਰ ਮੈਂ ਉਸ ਲੈਵਲ 'ਤੇ ਮੈਚ ਜਿਵੇਂ 90 ਮਿੰਟ ਮੈਚ ਖੇਡਦੇ ਆ ਅਤੇ ਮੈਂ ਬਹੁਤ ਘੱਟ ਟਾਈਮ ਘੱਟ ਹੋਇਆ ਕਿ ਮੈਂ 90 ਮਿੰਟ ਮੈਚ ਖੇਡਿਆ ਕਿਉਂਕਿ ਪੰਜਾਬ ਵਿੱਚ ਜ਼ਿਆਦਾਤਰ 30 ਇੱਦਾਂ ਮੈਚ ਖੇਡਦੇ ਆ ਮੈਂ ਬਹੁਤ ਘੱਟ ਖੇਡਿਆ ਸੀਗੇ 90 ਮਿੰਟ ਮੈਚ ਅਤੇ ਫਿਰ ਉੱਥੇ ਜਾ ਕੇ ਮੇਰਾ ਸਟੈਮਿਨਾ ਥੋੜ੍ਹਾ ਲੂਜ਼ ਸੀਗਾ ਕਿ ਹੋਰ ਵੀ ਸਟਰੈਂਥ ਵੀ ਬਹੁਤ ਘੱਟ ਸੀਗੀ ਅਤੇ ਫਿਰ ਮੈਂ ਉਹ ਚੀਜ਼ਾਂ ਨੂੰ ਇੰਪਰੂਵ ਕਰਨ ਲਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਅਤੇ ਫਿਰ ਮੈਂ ਜਦੋਂ ਨੈਕਸਟ ਸੇਤੂ FC ਦੇ ਵਿੱਚ ਖੇਡਿਆ ਅਤੇ ਉੱਥੇ ਮੇਰੀ ਪਰਫੋਰਮੈਂਸ ਵਧੀਆ ਸੀਗੀ ਤਾਂ ਫਿਰ ਉਹਨਾਂ ਨੇ ਮੈਨੂੰ ਇੰਡੀਆ ਟੀਮ ਦੇ ਵਿੱਚ ਉਸ ਟਾਈਮ ਉੱਥੇ ਸਿਲੈਕਟ ਹੋਈ ਸੀ। ਮਨੀਸ਼ਾ ਜੀ, ਤੁਸੀਂ ਯਾਨੀ ਪ੍ਰੋਫੈਸ਼ਨਲ ਫੁੱਟਬਾਲ ਕਿਹੜੇ ਸਾਲ ਤੋਂ ਖੇਡਣਾ ਸਟਾਰਟ ਕੀਤਾ ਅਤੇ ਕਿਹੜੇ ਕਲੱਬ ਵੱਲੋਂ ਤੁਸੀਂ ਪ੍ਰੋਫੈਸ਼ਨਲ ਫੁੱਟਬਾਲ ਖੇਡਣਾ ਸਟਾਰਟ ਕੀਤਾ? ਮੈਂ 2017 ਦੇ ਵਿੱਚ ਮੈਂ ਕੈਂਕਰੇ FC ਕਲੱਬ ਸੀ ਮੁੰਬਈ ਦਾ ਉੱਥੇ ਖੇਡਣਾ ਸਟਾਰਟ ਕੀਤਾ ਅਤੇ ਮੈਂ ਉਸ ਵੇਲੇ ਹੀ ਪ੍ਰੋਫੈਸ਼ਨਲੀ ਖੇਡਣ ਲੱਗ ਪਈ ਸੀ 2017 ਦੇ ਵਿੱਚ ਅਤੇ ਹੁਣ ਤੱਕ ਮੈਂ ਕਲੱਬ ਦੇ ਕਾਫੀ ਖੇਡ ਚੁੱਕੀ ਹਾਂ। ਮੈਂ ਸੇਤੂ FC ਹੁਣ ਮੈਂ ਰੀਸੈਂਟਲੀ ਗੋਕੁਲਮ ਕੇਰਲਾ FC ਦੇ ਵਿੱਚ ਤੁਸੀਂ ਇਸ ਵੇਲੇ ਐਜ ਏ ਰਜਿਸਟਰਡ ਪਲੇਅਰ ਹੋ। ਹਾਂਜੀ, ਅਤੇ ਬਹੁਤ ਵਧੀਆ ਗੱਲ ਆ ਇਹ ਕਿਉਂਕਿ ਇਸ ਸਾਲ AFC ਕਲੱਬ ਚੈਂਪੀਅਨਸ਼ਿਪ ਵੀ ਹੋ ਰਹੀ ਆ ਅਤੇ ਉਸ ਦੇ ਵਿੱਚ ਗੋਕੁਲਮ ਜਾ ਰਹੀ ਆ ਅਤੇ ਮੇਰੀ ਬੈਸਟ ਵਿਸ਼। ਅਤੇ ਮਨੀਸ਼ਾ ਜੀ, ਜਿੱਦਾਂ ਤੁਸੀਂ ਐਜ਼ ਏ ਗਰਲ ਆਪਣੇ ਪਿੰਡ ਵੀ ਖੇਡਦੇ ਹੋ ਇੱਥੇ, ਅਤੇ ਵੂਮੈਨਸ ਦੇ ਨਾਲ ਜਦੋਂ ਤੁਸੀਂ ਇੰਟਰਨੈਸ਼ਨਲ ਮੈਚ ਖੇਡਦੇ ਹੋ ਅਤੇ ਆਪਣੇ ਇੱਥੇ ਲੋਕਲ ਬੱਚਿਆਂ ਨਾਲ ਜਾਂ ਪਿੰਡ ਦੀ ਟੀਮ ਵਿੱਚ ਖੇਡਦੇ ਹੋ, ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਆ ਇੱਥੇ ਖੇਡਣ 'ਤੇ ਤਾਂ ਇੰਟਰਨੈਸ਼ਨਲ ਖੇਡਣ ਦੇ ਵਿੱਚ? ਜਦੋਂ ਮੈਚ ਖੇਡਦੀ ਹਾਂ ਤਾਂ ਮੈਂ ਸੇਮ ਹੀ ਰੱਖਦੀ ਹਾਂ ਹਰ ਚੀਜ਼, ਕਿਉਂਕਿ ਮੇਰੇ ਲਈ ਸਾਰਾ ਇੰਪੋਰਟੈਂਟ ਆ। ਜੇ ਅਸੀਂ ਪਿੰਡ ਦੇ ਵਿੱਚ ਖੇਡ ਰਹੀ ਹਾਂ ਤਾਂ ਮੈਂ ਆਪਣਾ ਪੂਰਾ 100% ਦਿੰਦੀ ਹਾਂ ਅਤੇ ਮੈਂ ਇੰਡੀਆ ਟੀਮ 'ਚ ਖੇਡਦੀ ਹਾਂ ਤਾਂ ਉੱਥੇ ਵੀ ਆਪਣਾ 100% ਦਿੰਦੀ ਹਾਂ, ਕਿਉਂਕਿ ਹਰ ਇੱਕ ਮੈਚ ਮੈਟਰ ਕਰਦਾ ਆ। ਕਿਉਂਕਿ ਜੇ ਅਸੀਂ ਉੱਪਰ ਥੱਲੇ ਹੁੰਦੇ ਆ ਤਾਂ ਫਿਰ ਉਹ ਇਫੈਕਟ ਕਰਦਾ ਆ ਸਾਡੇ ਸਾਨੂੰ ਕਿ ਬੇ ਕਿਉਂਕਿ ਕਾਫੀ ਮੈਂ ਵੀ ਸਿਰਫ ਆਪਣਾ ਆਪਣੇ ਪਿੰਡ ਦੇ ਵਿੱਚ ਖੇਡਦੀ ਹਾਂ, ਮੈਂ ਚੈੱਕ ਕਰਦੀ ਹੁੰਦੀ ਹਾਂ ਕਿ ਮੈਂ ਕਿੰਨਾ ਕੁ ਇੰਪਰੂਵ ਕਰਾਂ ਆਪਣੇ ਆਪ ਨੂੰ
ਕਿ ਮੈਂ ਇੰਡੀਆ ਟੀਮ ਦੇ ਵਿੱਚ ਹੋਰ ਵੀ ਬੈਟਰ ਹੋਵਾਂ, ਕਿਉਂਕਿ ਬੋਇਜ਼ ਦੇ ਵਿੱਚ ਖੇਡ ਕੇ ਕਾਫੀ ਇੰਪਰੂਵ ਹੁੰਦੀ ਹੈ ਗੇਮ, ਤਾਂ ਮੈਂ ਜ਼ਿਆਦਾਤਰ ਬੋਇਜ਼ ਦੇ ਵਿੱਚ ਹੀ ਖੇਡਦੀ ਹਾਂ। ਮਨੀਸ਼ਾ ਜੀ, ਤੁਹਾਡੀ ਤੁਹਾਨੂੰ ਸਪੋਰਟ, ਜਿੱਦਾਂ ਤੁਹਾਡੀ ਫੈਮਿਲੀ ਦੀ ਪੂਰੀ ਸਪੋਰਟ ਰਹੀ ਆ, ਤੁਹਾਡੇ ਮਦਰ ਦੀ, ਫਾਦਰ ਦੀ ਹੁਣ ਤੱਕ ਪੂਰੀ ਸਪੋਰਟ ਰਹੀ ਆ? ਹਾਂਜੀ, ਮੇਰੇ ਘਰਦਿਆਂ ਵੱਲੋਂ ਪੂਰੀ ਸਪੋਰਟ ਰਹੀ ਆ। ਮੇਰੇ ਫੈਮਿਲੀ 'ਚ ਕੋਈ ਮੈਨੂੰ ਰੋਕਦਾ ਨਹੀਂ ਹੁੰਦਾ ਸੀ ਜਦੋਂ ਮੈਂ ਟ੍ਰੇਨਿੰਗ ਲੈ ਜਾਂਦੀ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਜੋ ਤੂੰ ਕਰਨਾ ਚਾਹੁੰਦੀ ਆ ਤੂੰ ਕਰ ਵੇ, ਅਸੀਂ ਤੇਰੇ ਨਾਲ ਹਾਂ। ਅਤੇ ਮੇਰੇ ਫੈਮਿਲੀ 'ਚ ਮੈਨੂੰ ਕੋਈ ਵੀ ਇੱਦਾਂ ਦੇ ਇਸ਼ੂ ਨਹੀਂ ਸੀਗਾ। ਮਨੀਸ਼ਾ ਜੀ, ਜਿਸ ਮੁਕਾਮ ਤੱਕ ਤੁਸੀਂ ਪਹੁੰਚੇ ਹੋ, ਇਸ ਮੁਕਾਮ ਤੱਕ ਪਹੁੰਚਣ ਲਈ ਹਰੇਕ ਪਰਸਨ ਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੀ ਲੋੜ ਜ਼ਰੂਰ ਹੁੰਦੀ ਆ। ਤੁਸੀਂ ਕਿਸੇ ਖਾਸ ਪਰਸਨ ਦਾ ਨਾਂ ਲੈਣਾ ਚਾਹੁੰਦੇ ਹੋਗੇ ਵੀ ਜਿਹਨੇ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੋਵੇ, ਇਲਾਕੇ 'ਚੋਂ ਜਾਂ ਪਿੰਡ 'ਚੋਂ ਕਿਸੇ ਨੇ ਵੀ ਤੁਹਾਡੇ ਨਾਲ ਬਹੁਤ ਸਪੋਰਟ ਕੀਤੀ ਹੋਵੇ? ਮੇਰੇ ਪਿੰਡ ਵਾਲੇ ਅਤੇ ਮੇਰੇ ਮਾਲਪੁਰ ਇਲਾਕੇ ਦੇ ਸਾਰਿਆਂ ਨੇ ਮੈਨੂੰ ਕਾਫੀ ਜ਼ਿਆਦਾ ਸਪੋਰਟ ਕੀਤੀ ਆ। ਮੈਂ ਜਿਨ੍ਹਾਂ ਤੋਂ ਸਟਾਰਟਿੰਗ 'ਚ ਖੇਡਣਾ ਸਟਾਰਟ ਕੀਤਾ, ਬ੍ਰਹਮਜੀ ਸਰ, ਉਹਨਾਂ ਦੀ ਵੀ ਮੈਨੂੰ ਕਾਫੀ ਸਪੋਰਟ ਰਹਿ ਚੁੱਕੀ ਆ, ਅਤੇ ਮੇਰੀ ਫੈਮਿਲੀ ਵੀ ਕਾਫੀ ਸਪੋਰਟਿਵ ਸੀਗੀ, ਅਤੇ ਮੇਰੇ ਭੈਣ ਇੱਕ ਦਿੱਲੀ ਕੰਮ ਕਰਦੇ ਆ, ਅਤੇ ਉਹਨਾਂ ਨੇ ਵੀ ਮੈਨੂੰ ਕਾਫੀ ਸਪੋਰਟ ਕੀਤੀ ਆ। ਜਦੋਂ ਮੈਂ ਸਟਾਰਟ ਕੀਤਾ ਸੀ ਫਾਈਨੈਂਸ਼ਲੀ, ਉਹੀ ਸ਼ੂਜ਼ ਵਗੈਰਾ ਸਾਰਾ ਮੇਰਾ ਉਹੀ ਕਰਦੇ ਹੁੰਦੇ ਸੀ, ਅਤੇ ਹੋਰ ਮੇਰੇ ਇੱਕ ਤੇਜਾ ਅੰਕਲ ਆ, ਅਤੇ ਉਹ ਵੀ ਮੈਨੂੰ ਕਾਫੀ ਸਪੋਰਟ ਕਰਦੇ ਆ। ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਮੈਨੂੰ ਕਾਫੀ ਜਣਿਆਂ ਨੇ ਸਪੋਰਟ ਕੀਤੀ ਆ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ ਇੱਥੇ ਤੱਕ ਆਉਣ ਲਈ, ਅਤੇ ਥੈਂਕ ਯੂ ਸਾਰਿਆਂ ਦਾ। ਮਨੀਸ਼ਾ ਜੀ, ਵੈਸੇ ਤਾਂ ਅੱਜ ਕੱਲ੍ਹ ਮੁੰਡੇ ਅਤੇ ਕੁੜੀਆਂ ਦੇ ਵਿੱਚ ਕੋਈ ਅੰਤਰ ਨਹੀਂ ਰਿਹਾ, ਸਮਾਜ ਬਹੁਤ ਅੱਗੇ ਵੱਧ ਚੁੱਕਾ, ਉਹਨਾਂ ਦੀ ਸੋਚ ਵੀ ਵੱਧ ਗਈ ਆ। ਤੁਹਾਨੂੰ ਕਦੀ ਇੱਦਾਂ ਦਾ ਮਹਿਸੂਸ ਹੋਇਆ ਵੀ ਤੁਸੀਂ ਤੁਹਾਡੇ ਘਰਦਿਆਂ ਨੇ ਜਾਂ ਬਾਹਰੋਂ ਜਿੱਥੇ ਤੁਸੀਂ ਖੇਡਦੇ ਆ, ਵੀ ਜਿੱਦਾਂ ਤੁਸੀਂ ਪਿੰਡ ਦੇ ਵਿੱਚ ਕੰਪੀਟੀਸ਼ਨ ਬਾਹਰ ਕਿਤੇ ਖੇਡਣ ਜਾਂਦੇ ਆ, ਵੀ ਤੁਸੀਂ ਮੁੰਡਿਆਂ ਦੇ ਵਿੱਚ ਖੇਡਦੇ ਆ, ਵੀ ਤੁਹਾਨੂੰ ਕਦੀ ਇੱਦਾਂ ਕਿਸੇ ਤੋਂ ਟਿੱਪਣੀ ਮਿਲੀ ਕੋਈ ਤੁਹਾਡੇ ਵਿੱਚ, ਜਾਣੀ ਕਿ ਤੁਸੀਂ ਜਿਹਦੇ ਵਿੱਚ ਆਪਣੇ ਆਪ ਨੂੰ ਸਹੀ ਫਿੱਟ ਨਾ ਸਮਝਦੇ ਹੋਵੋ, ਵੀ ਕਦੀ ਇੱਦਾਂ ਦਾ ਮਹਿਸੂਸ ਕੀਤਾ ਤੁਸੀਂ? ਨਹੀਂ ਜੀ, ਮੈਂ ਜ਼ਿਆਦਾਤਰ ਆਪਣੇ ਪਿੰਡ ਦੇ ਮੁੰਡਿਆਂ ਦੇ ਨਾਲ ਪ੍ਰੈਕਟਿਸ ਕਰਦੀ ਹਾਂ, ਅਤੇ ਕਈ ਮੁੰਡੇ ਕਾਫੀ ਚੰਗੀ ਤਰ੍ਹਾਂ ਜਾਣਦੇ ਆ, ਬਚਪਨ ਤੋਂ ਹੀ ਮੇਰੇ ਨਾਲ, ਮੈਂ ਉਹਨਾਂ ਨਾਲ ਟ੍ਰੇਨਿੰਗ ਕਰਦੀ ਆ ਰਹੀ ਹਾਂ, ਅਤੇ ਇੱਦਾਂ ਦਾ ਤਾਂ ਮੈਨੂੰ ਕੋਈ ਇਸ਼ੂ ਨਹੀਂ ਹੁੰਦਾ ਉਹਨਾਂ ਦੇ ਨਾਲ। ਪਰ ਮੈਂ ਜਦੋਂ ਵੀ ਬਾਹਰ ਵੀ ਖੇਡਣ ਜਾਂਦੀ ਹਾਂ ਕਿਤੇ, ਜਿਵੇਂ ਕਿਸੇ ਪਿੰਡ ਦੇ ਵਿੱਚ ਟੂਰਨਾਮੈਂਟ ਖੇਡਦੀ ਹਾਂ, ਅਤੇ ਉਹ ਵੀ ਉੱਥੇ ਵੀ ਮੈਨੂੰ ਲੋਕ ਐਪਰੀਸ਼ੀਏਟ ਕਰਦੇ ਆ, ਕਿਉਂਕਿ ਉਹਨਾਂ ਨੂੰ ਵੀ ਵਧੀਆ ਲੱਗਦਾ ਕਿ ਕੁੜੀ ਮੁੰਡਿਆਂ ਦੇ ਵਿੱਚ ਖੇਡਦੀ ਆ, ਅਤੇ ਹਾਂਜੀ ਉਹ ਵੀ ਐਪਰੀਸ਼ੀਏਟ ਕਰਦੇ ਆ। ਇਹ ਬਹੁਤ ਮਾਣ ਵਾਲੀ ਗੱਲ ਆ ਵੀ ਤੁਸੀਂ ਜਾਣੀ ਕਿ ਉਹਨਾਂ ਫੁੱਟਬਾਲ ਦੇ ਵਿੱਚ 11 ਪਲੇਅਰ ਖੇਡਦੇ ਆ, ਉਹਨਾਂ ਦੇ ਵਿੱਚ 10 ਪਲੇਅਰ ਮੁੰਡੇ ਹੁੰਦੇ ਤਾਂ ਇੱਕ ਤੁਸੀਂ ਹੁੰਦੇ ਆ, ਅਤੇ ਤੁਹਾਨੂੰ ਬਹੁਤ ਤੁਹਾਡੇ 'ਤੇ ਮਾਣ ਵਾਲੀ ਗੱਲ ਆ ਵੀ ਤੁਸੀਂ ਉਹ ਖੇਡਦੇ ਆ। ਕਦੇ ਇੱਕ ਤਾਂ ਹੀ ਕਿਸੇ ਤੋਂ ਕੋਈ ਸੁਣਨ ਨੂੰ ਮਿਲਿਆ ਹੋਵੇ ਵੀ ਜਿਹੜਾ ਜਿਹਦੇ ਨਾਲ ਤੁਹਾਨੂੰ ਠੋਕਰ ਲੱਗੀ ਹੋਵੇ, ਕਦੀ ਕੋਈ ਇੱਦਾਂ ਦਾ ਕੋਈ ਵਾਕਿਆ ਤੁਹਾਡੇ ਨਾਲ ਹੋਇਆ ਲਾਈਫ ਵਿੱਚ? ਨਹੀਂ ਜੀ, ਮੈਂ ਮੇਰੇ ਨਾਲ ਇੱਦਾਂ ਦਾ ਤਾਂ ਕੁਛ ਨਹੀਂ ਹੈ, ਮੈਂ ਹਰ ਚੀਜ਼ ਨੂੰ ਪੋਜ਼ੀਟਿਵ ਲੈ ਕੇ ਚੱਲਦੀ ਹਾਂ, ਕਿਉਂਕਿ ਜੇ ਕੋਈ ਕੁਛ ਕਹਿੰਦਾ ਵੀ ਤਾਂ ਮੈਂ ਉਹਦਾ ਪੋਜ਼ੀਟਿਵ ਵਿਊ ਹੀ ਦੇਖਦੀ ਹਾਂ ਜ਼ਿਆਦਾਤਰ। ਪਰ ਕਈ ਵੇਲੇ ਕਦੀ ਕਦੀ ਕੋਈ ਨੈਗੇਟਿਵਿਟੀ ਹੁੰਦੀ ਆ, ਅਤੇ ਮੈਂ ਉਹਨੂੰ ਪਾਸੇ ਰੱਖਦੀ ਹਾਂ, ਜ਼ਿਆਦਾ ਉਸ ਚੀਜ਼ ਉੱਤੇ ਧਿਆਨ ਨਹੀਂ ਦਿੰਦੀ। ਮੈਂ ਆਪਣਾ ਮੇਨ ਫੋਕਸ ਜੋ ਮੇਰਾ ਹੈਗਾ ਮੈਂ ਉਸ 'ਤੇ ਧਿਆਨ ਦਿੰਦੀ ਹਾਂ, ਅਤੇ ਬਾਕੀ ਜੋ ਕਹਿੰਦੇ ਮੈਨੂੰ ਇੰਨਾ ਫਰਕ। ਹਾਂਜੀ ਮਨੀਸ਼ਾ ਜੀ, ਇਹ ਤਾਂ ਚਲੋ ਹੋ ਗਏ ਲੋਕਲ ਜਾਣੀ ਕਿ ਤੁਹਾਡੇ ਪਿੰਡ ਦੀ ਗੱਲ, ਹੁਣ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਆ, ਉਹਦੇ ਵਿੱਚ ਤੁਸੀਂ ਕਿੱਦਾਂ ਸੋਚਦੇ ਆ ਬਈ ਬੋਇਜ਼ ਟੀਮ ਲਈ ਜਾਂ ਗਰਲ ਟੀਮ ਲਈ ਉਹਦੇ 'ਚ ਕੁਝ ਬਖਰੇਵਾਂ ਹੈਗਾ ਜਾਂ ਸੇਮ ਸਹੂਲਤਾਂ ਮਿਲਦੀਆਂ ਤੁਹਾਨੂੰ? ਮੈਨੂੰ ਇੰਨੀ ਜ਼ਿਆਦਾ ਤਾਂ ਨੌਲੇਜ ਹੈ ਨਹੀਂ ਕਿ ਉਹਨਾਂ ਨੂੰ ਕਿੰਨਾ ਫਰਕ ਦੇ ਵਿੱਚ ਰੱਖਦੇ ਆ, ਕਿਉਂਕਿ ਮੈਨੂੰ ਸਿਰਫ ਆਪਣੇ ਵੁਮੈਨਸ ਟੀਮ ਬਾਰੇ ਹੀ ਪਤਾ ਆ ਕਿ ਸਾਨੂੰ ਕਿਸ ਤਰ੍ਹਾਂ ਰੱਖਦੇ ਆ। ਜ਼ਿਆਦਾ ਜਿੰਨਾ ਵੀ ਟਾਈਮ ਮੈਂ ਉੱਥੇ ਰਹਿੰਦੀ ਹਾਂ, ਅਤੇ ਉਹਨਾਂ ਦੀ ਫੈਸਿਲਿਟੀ ਕਾਫੀ ਵਧੀਆ ਹੁੰਦੀ ਆ, ਅਤੇ ਰਹਿਣ ਦਾ ਅਤੇ ਖਾਣ ਪੀਣ ਦਾ ਕਾਫੀ ਜ਼ਿਆਦਾ, ਡਾਇਟ ਵਗੈਰਾ ਪ੍ਰੋਪਰ ਹੁੰਦੇ ਆ, ਅਤੇ ਟ੍ਰੇਨਿੰਗ ਗਰਾਊਂਡ ਵੀ ਵਗੈਰਾ ਬਹੁਤ ਵਧੀਆ ਹੁੰਦੇ ਆ, ਅਤੇ ਉੱਥੇ ਜਾ ਕੇ ਇੱਦਾਂ ਲੱਗਦਾ ਹੈ ਕਿ ਹਾਂ ਹੁਣ ਪ੍ਰੋਪਰ ਟ੍ਰੇਨਿੰਗ ਹੋ ਰਹੀ ਹੈ ਸਾਡੀ, ਉੱਥੇ ਜਾ ਕੇ ਮੈਨੂੰ ਇੱਦਾਂ ਲੱਗਦਾ। ਮਨੀਸ਼ਾ ਜੀ, ਤੁਸੀਂ 2020 ਅਤੇ 2021 ਦੇ ਅਮਰਜਿੰਗ ਪਲੇਅਰ ਆਫ ਦਾ ਯੀਅਰ ਚੁਣੇ ਗਏ ਆ, ਕਿੱਦਾਂ ਮਹਿਸੂਸ ਕਰ ਰਹੇ ਹੋ ਇਸ ਬਾਰੇ? ਮੈਨੂੰ ਬਹੁਤ ਵਧੀਆ ਲੱਗਾ ਕਿ ਮੈਨੂੰ ਅਮਰਜਿੰਗ ਪਲੇਅਰ ਆਫ ਦੀ ਈਅਰ ਮਿਲਿਆ, ਕਿਉਂਕਿ ਮੈਂ ਇੱਕ ਜਿਵੇਂ ਜੋ ਜਿੱਦਾਂ ਜਿਵੇਂ ਜਿਵੇਂ ਮੈਨੂੰ ਨੌਲੇਜ ਮਿਲਦੀ ਹਰ ਚੀਜ਼ ਬਾਰੇ, ਮੈਂ ਆਪਣੇ ਗੋਲ ਰੱਖਦੀ ਜਾਂਦੀ ਹਾਂ ਕਿ ਹਾਂ ਮੈਨੂੰ ਇਹ ਵੀ ਚੀਜ਼ ਚਾਹੀਦੀ ਆ, ਇਹ ਵੀ ਚੀਜ਼ ਚਾਹੀਦੀ ਆ। ਹੁਣ ਮੈਂ ਸੋਚਿਆ ਸੀ ਬਚਪਨ ਦੇ ਵਿੱਚ, ਪਹਿਲਾਂ ਮੈਂ ਨੈਸ਼ਨਲ ਖੇਡਣਾ, ਅਤੇ ਮੈਂ ਉਸਨੂੰ ਅਚੀਵ ਕੀਤਾ, ਮੈਂ ਨੈਸ਼ਨਲ ਖੇਡਿਆ। ਫਿਰ ਮੈਂ ਸੋਚਿਆ ਕਿ ਮੈਂ ਇੰਡੀਆ ਟੀਮ ਦੇ ਵਿੱਚ ਖੇਡਣਾ, ਅਤੇ ਮੈਂ ਇੰਡੀਆ ਟੀਮ ਦੇ ਵਿੱਚ ਗਈ, ਅਤੇ
ਮੈਨੂੰ ਉੱਥੇ ਜਾ ਕੇ ਪਤਾ ਲੱਗ ਗਿਆ ਕਿ ਫੈਡਰੇਸ਼ਨ ਦੇ ਅਵਾਰਡ ਸੈਰੇਮਨੀ ਹੁੰਦੀ ਹੈ ਅਤੇ ਉਹ ਹਰ ਸਾਲ ਪਲੇਅਰ ਆਫ ਦੀ ਈਅਰ ਅਤੇ ਐਮਰਜਿੰਗ ਪਲੇਅਰ ਮਿਲਦਾ ਆ ਅਤੇ ਮੈਨੂੰ ਇੱਛਾ ਸੀ ਕਿ ਮੈਨੂੰ ਵੀ ਮਿਲੇ ਅਤੇ ਮੈਂ ਅਤੇ ਹੁਣ ਮੈਨੂੰ ਉਹ ਮਿਲ ਚੁੱਕਿਆ ਅਤੇ ਮੈਂ ਕਾਫੀ ਖੁਸ਼ ਹਾਂ ਕਿ ਮੈਨੂੰ ਐਮਰਜਿੰਗ ਪਲੇਅਰ ਆਫ ਦੀ ਈਅਰ ਮਿਲਿਆ ਬਹੁਤ ਜ਼ਿਆਦਾ। ਇੱਕ ਪਲੇਅਰ ਲਈ ਜਾਣੀ ਕਿ ਜੋ ਵੀ ਕੰਪੀਟੀਸ਼ਨ ਜਾਂ ਕੋਈ ਵੀ ਮੈਚ ਖੇਡਦਾ ਉਹ ਸਾਰੇ ਵਧੀਆ ਹੁੰਦੇ ਆ, ਕੋਈ ਤੁਹਾਡੀ ਯਾਦਦਾਸ਼ਤ ਵਿੱਚ ਇੱਦਾਂ ਦਾ ਕੰਪੀਟੀਸ਼ਨ ਜਾਂ ਮੈਚ ਬਈ ਜਿਹਦੇ ਲਈ ਤੁਸੀਂ ਜਾਣੀ ਕਿ ਕਹਿੰਦੇ ਹੋ ਵੀ ਇਹ ਮੇਰੇ ਲਈ ਦਾ ਬੈਸਟ ਮੈਚ ਸੀਗਾ ਅੱਜ ਤੱਕ? ਅਸੀਂ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਖੇਡਣ ਲਈ ਗਏ ਸੀਗੇ, ਨੇਪਾਲ ਦੇ ਵਿੱਚ ਹੋ ਰਿਹਾ ਸੀ ਅਤੇ ਮੈਂ ਪਿਛਲੇ 3-4 ਮੈਚਿਸ ਖੇਡ ਚੁੱਕੀ ਸੀ, ਮੇਰੀ ਪਰਫੋਰਮੈਂਸ ਵਧੀਆ ਸੀ ਪਰ ਮੈਂ ਸੋਚਦੀ ਸੀ ਕਿ ਮੈਂ ਗੋਲ ਕਰਾਂ ਅਤੇ ਉਸ ਟਾਈਮ ਮੇਰਾ ਸਾਡਾ ਬਾਂਗਲਾਦੇਸ਼ ਦੇ ਨਾਲ ਮੈਚ ਸੀਗਾ, ਉਹਨਾਂ ਦੀ ਵੀ ਸਾਊਥ ਏਸ਼ੀਅਨ ਦੇ ਵਿੱਚ ਕਾਫੀ ਵਧੀਆ ਟੀਮ ਆ ਉਹਨਾਂ ਦੀ ਵੀ ਅਤੇ ਉਸ ਟਾਈਮ ਮੈਂ ਸਕੋਰ ਕੀਤਾ ਸੀਗਾ, ਆਪਣਾ ਫਸਟ ਸੀਨੀਅਰ ਇੰਟਰਨੈਸ਼ਨਲ ਗੋਲ ਕੀਤਾ ਸੀਗਾ ਸੀਨੀਅਰ ਟੀਮ ਦੇ ਵਿੱਚ ਹੋ ਕੇ ਅਤੇ ਉਸ ਟਾਈਮ ਮੈਨੂੰ ਕਾਫੀ ਖੁਸ਼ੀ ਹੋਈ ਸੀਗੀ ਕਿ ਮੇਰਾ ਫਸਟ ਗੋਲ ਸੀਗਾ। ਮੈਂ ਸਿਰਫ ਹਲੇ ਮੈਨੂੰ 3-4 ਮਹੀਨੇ ਜੁਆਇਨਿੰਗ ਨੂੰ ਹੋਏ ਸੀਗੇ ਇੰਡੀਆ ਟੀਮ ਨੂੰ ਅਤੇ ਮੈਂ ਗੋਲ ਕੀਤਾ ਉੱਥੇ ਅਤੇ ਉਸ ਟਾਈਮ ਮੈਨੂੰ ਬਹੁਤ ਖੁਸ਼ੀ ਹੋਈ ਸੀ। ਤੁਸੀਂ ਸੀਨੀਅਰ ਟੀਮ ਦੇ ਵਿੱਚ ਗੋਲ ਕੀਤਾ ਅਤੇ ਤੁਹਾਡੇ ਲਈ ਉਹ ਗੋਲਡਨ ਮੂਮੈਂਟ ਬਣ ਗਿਆ ਜਿਹਨੂੰ ਅੱਜ ਤੱਕ ਵੀ ਤੁਸੀਂ ਯਾਦ ਕਰਦੇ ਹੋ? ਹਾਂਜੀ ਹਾਂਜੀ। ਅਤੇ ਮਨੀਸ਼ਾ ਜੀ, ਜਿੱਦਾਂ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਆ ਬਈ ਕੁੜੀਆਂ ਨੂੰ ਘਰ ਦੇ ਅੰਦਰ ਰੱਖ ਕੇ ਉਹਨਾਂ ਦੇ ਮਾਂ ਪੇ ਇਹ ਕਹਿੰਦੇ ਆ ਬਈ ਸਿਲਾਈ ਸਿੱਖੋ, ਕਢਾਈ ਸਿੱਖੋ ਜਾਂ ਬਿਊਟੀ ਪਾਰਲਰ ਦਾ, ਤੁਹਾਨੂੰ ਕੋਈ ਖੇਡ ਤੋਂ ਇਲਾਵਾ ਕੋਈ ਹੋਰ ਸ਼ੌਕ ਹੈਗਾ, ਤੁਹਾਡੀ ਹੌਬੀ ਹੈਗੀ ਇਸ ਬਾਰੇ ਕੋਈ? ਮੈਨੂੰ ਲੱਗਦਾ ਜਦੋਂ ਇਹ ਸਭ ਚੀਜ਼ਾਂ ਹੁੰਦੀਆਂ ਆ ਜ਼ਿਆਦਾਤਰ ਕਈ ਵੇਲੇ ਘਰ ਦੇ ਫੋਰਸ ਕਰਦੇ ਆ ਕਿ ਇਸ ਚੀਜ਼ਾਂ ਵੱਲ ਧਿਆਨ ਦੇਣ ਕੁੜੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅੱਗੇ ਜਾ ਕੇ ਇਹਨਾਂ ਦੇ ਇਹ ਚੀਜ਼ਾਂ ਕੰਮ ਆਉਣਗੀਆਂ, ਪਰ ਮਾਪੇ ਕਿਸੇ ਕੋਈ ਕੋਈ ਮਾਪੇ ਇਹ ਨਹੀਂ ਦੇਖਦੇ ਕਿ ਉਹ ਉਹ ਕੁੜੀ ਦੇ ਮਨ ਦੇ ਵਿੱਚ ਕੀ ਆ, ਉਹ ਕੀ ਕਰਨਾ ਚਾਹੁੰਦੀ ਆ, ਅਤੇ ਇਹੀ ਚੀਜ਼ ਆ ਕਿ ਇਸ ਕਰਕੇ ਥੋੜ੍ਹਾ ਕੁੜੀਆਂ ਨੂੰ ਇਸ ਤਰ੍ਹਾਂ ਢਾਲ ਦਿੱਤਾ ਜਾਂਦਾ ਹੈ ਕਿ ਜੋ ਕਹਿਤਾ ਤੂੰ ਉਹੀ ਕਰਨਾ ਹੈ। ਅਤੇ ਮੈਂ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਕੁੜੀਆਂ ਆ ਜਿਹੜੀਆਂ ਰੁਚੀ ਰੱਖਦੀਆਂ ਕਿਸੇ ਸਪੋਰਟਸ ਦੇ ਵਿੱਚ ਜਾਂ ਫਿਰ ਪੜ੍ਹਾਈ ਦੇ ਹਾਈ ਐਜੂਕੇਸ਼ਨ ਲਈ ਕਿਸੇ ਪੜ੍ਹਾਈ ਦੇ ਵਿੱਚ, ਅਤੇ ਉਹਨਾਂ ਨੂੰ ਬੜਾਵਾ ਦੇਣਾ ਚਾਹੀਦਾ ਆ ਕਿਉਂਕਿ ਸਾਡਾ ਭਵਿੱਖ ਉਹਨਾਂ ਦੇ ਉੱਤੇ ਹੀ ਨਿਰਭਰ ਕਰਦਾ ਆ ਜਿਹੜੇ ਪੜ੍ਹਾਈ ਜਾਂ ਫਿਰ ਕੋਈ ਸਪੋਰਟਸ ਕਰਦਾ ਆ, ਕਿਉਂਕਿ ਸਭ ਨੂੰ ਜਿਹੜੇ ਜਿਨ੍ਹਾਂ ਨੂੰ ਪੈਸ਼ਨ ਹੁੰਦਾ ਆ ਉਹ ਇਸ ਚੀਜ਼ ਨੂੰ ਪਾਉਣ ਲਈ ਕੁਛ ਵੀ ਕਰ ਸਕਦੇ ਆ। ਅਤੇ ਫੁੱਟਬਾਲ ਤੁਹਾਡਾ ਪੈਸ਼ਨ ਸ਼ੌਂਕ ਕਿਹਾ ਜਾ ਸਕਦਾ, ਉਹਦੇ ਤੋਂ ਇਲਾਵਾ ਤੁਹਾਡੇ ਕੋਈ ਹੋਰ ਸ਼ੌਂਕ? ਮੈਨੂੰ ਫੁੱਟਬਾਲ ਹੀ ਜ਼ਿਆਦਾ ਵਧੀਆ ਲੱਗਦਾ। ਯਾਨੀ ਕਿ ਫੁੱਟਬਾਲ ਹੀ ਤੁਹਾਡੇ ਲਈ ਸਭ ਕੁਛ ਆ, ਡ੍ਰੀਮ ਆ ਤੁਹਾਡੇ ਲਈ ਫੁੱਟਬਾਲ? ਹਾਂਜੀ, ਫੁੱਟਬਾਲ ਹੀ ਆ ਮੇਰੇ ਲਈ ਡ੍ਰੀਮ ਤਾਂ ਜੀ। ਬਹੁਤ ਵਧੀਆ ਗੱਲ ਆ ਮਨੀਸ਼ਾ ਜੀ ਵੀ ਤੁਸੀਂ ਜਿਸ ਲਾਈਨ 'ਤੇ ਤੁਰੇ ਹੋ ਬਈ ਉਹ ਤੁਹਾਡੇ ਲਈ ਡ੍ਰੀਮ ਆ, ਅਤੇ ਕੀ ਤੁਸੀਂ ਇਹ ਡ੍ਰੀਮ ਅਚੀਵ ਕਰ ਲਿਆ ਜਾਂ ਹਜੇ ਤੁਹਾਡੇ ਹੋਰ ਸੁਪਨੇ ਆ ਅੱਗੇ? ਹਲੇ ਤਾਂ ਮੈਂ ਕਾਫੀ ਕੁਝ ਸੋਚਿਆ ਆ ਇਸ ਚੀਜ਼ ਬਾਰੇ ਕਿਉਂਕਿ ਫੁੱਟਬਾਲ ਇੱਥੇ ਖਤਮ ਨਹੀਂ ਹੋ ਜਾਂਦਾ ਕਿਉਂਕਿ ਕਾਫੀ ਹੋਰ ਵੀ ਹਾਈ ਲੈਵਲ ਦੇ ਕੰਪੀਟੀਸ਼ਨ ਵਗੈਰਾ ਹੈ, ਅਤੇ ਮੇਨ ਤਾਂ ਮੇਰਾ ਇਹੀ ਆ ਕਿ ਮੈਂ ਆਪਣੇ ਇੰਡੀਆ ਟੀਮ ਨੂੰ ਫੀਫਾ ਵਰਲਡ ਕੱਪ ਦੇ ਵਿੱਚ ਖੇਡਦੇ ਹੋਏ ਦੇਖਾਂ, ਅਤੇ ਹੋਰ ਮੈਨੂੰ ਕੋਈ ਓਪਰਚੁਨਿਟੀ ਮਿਲਦੀ ਆ ਕਿਸੇ ਬਾਹਰ ਜਾ ਕੇ ਕਲੱਬ ਦੇ ਵਿੱਚ ਜਾ ਖੇਡਣ ਦੀ ਅਤੇ ਮੈਂ ਉਹ ਜ਼ਰੂਰ ਖੇਡਣਾ ਚਾਹੂੰਗੀ ਉੱਥੇ ਜਾ ਕੇ। ਮਨੀਸ਼ਾ ਜੀ, ਜਿੱਦਾਂ ਲੋਕਲ ਫੁੱਟਬਾਲ ਅਤੇ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਤੁਸੀਂ ਖੇਡੇ ਹੋ, ਅਤੇ ਤੁਹਾਡੇ ਤੋਂ ਦੇਖ ਕੇ ਕਿਸੇ ਹੋਰ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਜਾਂ ਸਪੈਸ਼ਲੀ ਜਾਣੀ ਕਿ ਕੁੜੀਆਂ ਨੂੰ ਇਸ ਫੀਲਡ ਵਿੱਚ ਪਾਇਆ, ਕੋਈ ਤੁਹਾਡੇ ਸਾਹਮਣੇ ਉਦਾਹਰਣ ਹੈਗੀ ਇਸ ਟਾਈਪ ਦੀ? ਮੈਨੂੰ ਜ਼ਿਆਦਾਤਰ ਪਤਾ ਤਾਂ ਨਹੀਂ ਰਹਿੰਦਾ ਇਸ ਚੀਜ਼ਾਂ ਬਾਰੇ, ਪਰ ਮੈਂ ਜਦੋਂ ਮੈਂ ਆਪਣੇ ਟਾਈਮ ਦੇ ਵਿੱਚ ਖੇਡਦੀ ਹੁੰਦੀ ਸੀ ਅਤੇ ਕਾਫੀ ਕੁੜੀਆਂ ਦਾ ਘੱਟ ਟੀਮਸ ਹੁੰਦੀਆਂ ਸੀ ਅਤੇ ਕੋਈ ਇੱਦਾਂ ਪ੍ਰੈਕਟਿਸ ਲਈ ਇੰਨਾ ਵਧੀਆ ਹੁੰਦਾ ਨਹੀਂ ਸੀ, ਸ਼ਡਿਊਲ ਵਗੈਰਾ ਮਿਲਦਾ ਨਹੀਂ ਹੁੰਦਾ ਸੀ ਕਿਤੇ ਵੀ, ਅਤੇ ਹੁਣ ਮੈਂ ਦੇਖਦੀ ਹਾਂ ਕਿ ਕਾਫੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕੁੜੀਆਂ ਪ੍ਰੈਕਟਿਸ ਕਰ ਰਹੀਆਂ ਮੁੰਡਿਆਂ ਦੇ ਵਿੱਚ, ਅਤੇ ਉਹ ਸਭ ਦੇਖ ਕੇ ਅਤੇ ਸੁਣ ਕੇ ਕਾਫੀ ਵਧੀਆ ਲੱਗਦਾ ਆ। ਕਿਉਂਕਿ ਜਿੱਦਾਂ ਸਾਡੇ ਸਮਾਜ ਵਿੱਚ ਇਹ ਮੰਨ ਲਿਆ ਮਿੱਥ ਆਵੇ ਕੁੜੀਆਂ ਨੂੰ ਆਪਾਂ ਘਰੋਂ ਬਾਹਰ ਨਹੀਂ ਭੇਜਣਾ, ਹੁਣ ਤੁਸੀਂ ਬਾਹਰ ਵੀ ਰਹਿੰਦੇ ਆ, ਇੰਟਰਨੈਸ਼ਨਲ ਵੀ ਜਾਂਦੇ ਹੋ, ਕੋਈ ਇੱਦਾਂ ਦੀ ਕਦੀ ਪ੍ਰੋਬਲਮ ਆਈ ਵੀ ਜਿਹੜੇ ਜਾਣੀ ਕਿ ਤੁਸੀਂ ਇੱਦਾਂ ਸੋਚਦੇ ਆ ਵੀ ਤੁਹਾਡੇ ਨਾਲ ਕਦੀ ਕੁਛ ਇੱਦਾਂ ਦੀ ਸਮੱਸਿਆ ਆਈ ਹੋਵੇ? ਇਹ ਸਿਰਫ ਸਾਡੇ ਦਰਸ਼ਕਾਂ ਨੂੰ ਇਸ ਕਰਕੇ ਦੱਸੋ ਤਾਂ ਕਿ ਸਾਡੇ ਦਰਸ਼ਕ ਅਤੇ ਜਿਹੜੇ ਖਾਸ ਕਰਕੇ ਮਾਂ ਬਾਪ ਆ ਬੱਚਿਆਂ ਦੇ ਵੀ ਉਹ ਇਹ ਗੱਲ ਸਮਝ ਲੈਣ ਵੀ ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਅਤੇ ਆਪਣੇ ਬੱਚਿਆਂ ਨੂੰ ਅੱਗੇ ਤੋਰਨ। ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਪਾਂ ਟਰੈਵਲ ਕਰਦੇ ਹਾਂ ਜਾਂ ਕੁਛ ਵੀ ਆ, ਕਿਉਂਕਿ
ਸਿਰ ਉਹ ਬੱਚੇ ਉੱਤੇ ਨਿਰਭਰ ਕਰਦਾ ਕਿ ਉਹ ਕਿਸ ਤਰ੍ਹਾਂ ਰਹਿੰਦਾ ਆ। ਜੇ ਉਹ ਅਨਡਿਸਿਪਲਿਨ ਕਰਦਾ ਤਾਂ ਨੈਸ਼ਨਲ ਓਬਵੀਅਸਲੀ ਕਿ ਉਹ ਟੀਮ ਦੇ ਵਿੱਚ ਬਾਹਰ ਨਿਕਲ ਸਕਦਾ ਜੇ ਉਹ ਅਨਡਿਸਿਪਲਿਨ ਕਰਦਾ। ਅਤੇ ਉਹ ਆਪਣੇ ਉੱਤੇ ਨਿਰਭਰ ਕਰਦਾ ਕਿ ਆਪਾਂ ਸਿਰਫ ਪ੍ਰੈਕਟਿਸ ਵੱਲ ਹੀ ਫੋਕਸ ਕਰੀਏ ਜਾਂ ਫਿਰ ਆਪਣੀ ਜੋ ਗੇਮ ਆ ਉਹਦੇ ਬਾਰੇ ਥਿੰਕਿੰਗ ਕਰੀਏ ਅਤੇ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਆ। ਹਾਂਜੀ, ਸਭ ਪ੍ਰੋਫੈਸ਼ਨਲੀ ਵਰਕ ਕਰਦੇ ਆ ਸਾਰੇ। ਮਨੀਸ਼ਾ ਜੀ, ਵੀ ਹੁਣ ਕਾਲਜ ਬੰਦ ਆ ਕੋਵਿਡ ਕਰਕੇ, ਕਿਉਂਕਿ 2 ਸਾਲ ਹੋ ਗਏ ਬਈ ਕੋਵਿਡ ਚੱਲ ਰਿਹਾ ਆ, ਇਹਦੇ ਕਰਕੇ ਬਈ ਸਾਰੇ ਕਾਲਜਿਸ ਬੰਦ ਆ, ਤੁਹਾਡੀ ਵੀ ਪੜ੍ਹਾਈ ਜਿਹੜੀ ਔਨਲਾਈਨ ਹੁੰਦੀ ਹੋਵੇਗੀ, ਇਹਦੇ ਵਿੱਚ ਤੁਸੀਂ ਇਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਫਿੱਟ ਰੱਖ ਰਹੇ ਹੋ ਅਤੇ ਤੁਹਾਡਾ ਪ੍ਰੈਕਟਿਸ ਟਾਈਮ ਕੀ ਆ, ਕੀ ਸ਼ੈਡਿਊਲ ਆ ਤੁਹਾਡਾ? ਕੋਰੋਨਾ ਦੇ ਕਾਰਨ ਕਾਫੀ ਥੋੜ੍ਹਾ ਸ਼ੈਡਿਊਲ ਕਾਫੀ ਖਰਾਬ ਹੋ ਗਿਆ ਸੀ ਕਿਉਂਕਿ ਘਰ ਤੋਂ ਬਾਹਰ ਨਹੀਂ ਜਾ ਸਕਦੇ ਸੀਗੇ। ਲਾਸਟ ਈਅਰ ਦਾ ਕਾਫੀ ਜ਼ਿਆਦਾ ਹੋ ਗਿਆ ਸੀਗਾ ਅਤੇ ਉਸ ਟਾਈਮ ਦੇ ਵਿੱਚ ਮੈਂ ਆਪਣੇ ਘਰ ਦੇ ਵਿੱਚ ਹੀ ਪ੍ਰੈਕਟਿਸ ਕਰਦੀ ਹੁੰਦੀ ਸੀ। ਮੈਂ ਥੋੜ੍ਹਾ ਸਮਾਨ ਲਿਆ ਕੇ ਰੱਖਿਆ ਹੋਇਆ ਸੀ ਆਪਣੇ ਫਿਟਨੈਸ ਵਗੈਰਾ ਲਈ ਅਤੇ ਮੈਂ ਘਰ ਦੇ ਵਿੱਚ ਹੀ ਪ੍ਰੈਕਟਿਸ ਕਰਦੀ ਹੁੰਦੀ ਸੀ ਅਤੇ ਹੁਣ ਥੋੜ੍ਹਾ ਬਹੁਤ ਓਪਨ ਹੋ ਰਿਹਾ ਆ ਅਤੇ ਮੈਂ ਹਾਲੇ ਵੀ ਜ਼ਿਆਦਾ ਮੈਂ ਬਾਹਰ ਨਹੀਂ ਜਾ ਰਹੀ ਹਾਂ ਕਿਉਂਕਿ ਕੋਵਿਡ ਚੱਲ ਰਿਹਾ ਅਤੇ ਆਪਣੇ ਪੂਰੇ ਪ੍ਰੀਕੋਸ਼ਨ ਲੈ ਕੇ ਮੈਂ ਬਾਹਰ ਜਾਂਦੀ ਹਾਂ। ਜੇ ਜਾਂਦੀ ਹਾਂ ਤਾਂ ਮੈਂ ਮੋਰਨਿੰਗ ਦੇ ਵਿੱਚ ਜਿੰਮ ਜਾਂਦੀ ਹਾਂ ਅਤੇ ਈਵਨਿੰਗ ਦੇ ਵਿੱਚ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਹਾਂ। ਯਾਨੀ ਕਿ ਤੁਸੀਂ ਪਰਸਨਲ ਤੌਰ 'ਤੇ ਜਿੰਮ ਅਤੇ ਗਰਾਊਂਡ ਦੇ ਵਿੱਚ ਆਪਣੇ ਪਿੰਡ ਵਿੱਚ ਲੋਕਲ ਤੌਰ 'ਤੇ ਪ੍ਰੈਕਟਿਸ ਕਰਦੇ ਹਾਂ। ਮਨੀਸ਼ਾ ਜੀ, ਇੱਕ ਨਾ ਵੀਡੀਓ ਬਹੁਤ ਵਾਇਰਲ ਹੋਈ ਇੰਟਰਨੈਟ ਦੇ ਉੱਤੇ, ਜਿਸ ਵੀਡੀਓ ਨੇ ਤਹਿਲਕਾ ਮਚਾ ਦਿੱਤਾ। ਉਹ ਵੀਡੀਓ ਦੇ ਵਿੱਚ ਇੱਕ ਕੁੜੀ ਗੋਲ ਕਰ ਰਹੀ ਆ ਅਤੇ ਵੀ ਉਹ ਤੁਸੀਂ ਸਾਨੂੰ ਦੱਸਿਓ ਵੀ ਉਹ ਗੋਲ ਤੁਸੀਂ ਕਿੱਥੇ ਅਤੇ ਕਿਹੜਾ ਕੰਪੀਟੀਸ਼ਨ ਸੀ ਅਤੇ ਕੀ ਪਲੇਸ ਰਹੀ ਸੀ ਤੁਹਾਡੀ? ਮੈਂ ਆਪਣੇ ਪਿੰਡ ਦੇ ਟੀਮ ਵੱਲੋਂ ਟੂਰਨਾਮੈਂਟ ਖੇਡਣ ਗਈ ਸੀ ਪਿੰਡ ਜਿੰਦਵਾਲ ਦੇ ਵਿੱਚ ਅਤੇ ਉੱਥੇ ਮੈਂ ਸੈਮੀਫਾਈਨਲ ਦੇ ਵਿੱਚ ਗੋਲ ਕੀਤਾ ਸੀ। ਅਸੀਂ 1-0 ਦੇ ਨਾਲ ਉਹ ਟੂਰਨਾਮੈਂਟ ਸੈਮੀਫਾਈਨਲ ਜਿੱਤੇ ਸੀਗੇ। ਫਿਰ ਉਸ ਤੋਂ ਬਾਅਦ ਫਾਈਨਲ ਖੇਡਿਆ ਸੀ ਅਤੇ ਅਸੀਂ ਫਾਈਨਲ ਦੇ ਵਿੱਚ ਵੀ 4-1 ਨਾਲ ਜਿੱਤੇ ਅਤੇ ਉੱਥੇ ਕਾਫੀ ਵਧੀਆ ਟੂਰਨਾਮੈਂਟ ਸੀਗਾ ਉਹਨਾਂ ਦਾ ਅਤੇ ਔਰਗਨਾਈਜੇਸ਼ਨ ਵੀ ਵਧੀਆ ਸੀਗੀ ਉਹਨਾਂ ਦੀ। ਮਨੀਸ਼ਾ ਜੀ, ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ, ਤੁਸੀਂ ਕਿੰਨੇ ਬ੍ਰਦਰ ਸਿਸਟਰ ਹੋ? ਮੇਰੇ ਫੈਮਿਲੀ ਦੇ ਵਿੱਚ ਮੇਰੇ ਮੰਮੀ ਡੈਡੀ ਅਤੇ ਅਸੀਂ 4 ਭੈਣਾਂ ਹੀ ਹਾਂ ਬਸ। ਹਾਂਜੀ, ਅਤੇ ਤੁਸੀਂ 4 ਭੈਣਾਂ, ਤੁਹਾਡੀ ਫੈਮਿਲੀ ਦੇ ਵਿੱਚ ਕੋਈ ਹੋਰ ਵੀ ਫੁੱਟਬਾਲ ਖੇਡਦਾ ਇਸ ਟਾਈਮ ਜਾਂ ਸਿਰਫ ਤੁਸੀਂ ਖੇਡਦੇ ਹੋ? ਨਹੀਂ, ਮੇਰੀ ਫੈਮਿਲੀ ਦੇ ਵਿੱਚ ਕੋਈ ਵੀ ਫੁੱਟਬਾਲ ਨਹੀਂ ਖੇਡਦਾ, ਸਿਰਫ ਮੈਂ ਹੀ ਆਪਣੇ ਫੈਮਿਲੀ ਦੇ ਵਿੱਚ ਫੁੱਟਬਾਲ ਖੇਡਦੀ ਹਾਂ ਅਤੇ ਮੇਰੀਆਂ ਭੈਣਾਂ ਵੀ ਸਟੱਡੀ ਕਰਦੀਆਂ ਸੀ। ਯਾਨੀ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਫੁੱਟਬਾਲ ਨਹੀਂ ਖੇਡਦਾ ਅਤੇ ਤੁਸੀਂ ਸਿਰਫ ਛੋਟੇ ਹੋ, ਸਾਰਿਆਂ ਨਾਲੋਂ ਤੁਸੀਂ ਛੋਟੇ ਹੋ? ਹਾਂਜੀ, ਮੈਂ ਸਾਰਿਆਂ ਨਾਲੋਂ ਛੋਟੀ ਹਾਂ। ਮੈਂ ਸਾਡੇ ਫੈਮਿਲੀ 'ਚੋਂ ਕੋਈ ਵੀ ਸਪੋਰਟਸ ਨਾਲ ਕੋਈ ਵੀ ਰਿਲੇਟਡ ਨਹੀਂ ਆ, ਸਿਰਫ ਮੈਂ ਹੀ ਫੁੱਟਬਾਲ ਖੇਡਣਾ ਚਾਹੁੰਦੀ। ਮਨੀਸ਼ਾ ਜੀ, ਤੁਸੀਂ ਪੰਜਾਬੀ ਸਟੂਡੀਓ ਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਆ, ਧੰਨਵਾਦ ਕਰਦੇ ਹਾਂ। ਅਤੇ ਜਾਂਦੇ ਜਾਂਦੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਸਮਾਜ ਨੂੰ ਸੇਧ ਦੇਣੀ ਚਾਹੁੰਦੇ ਹੋ? ਮੈਂ ਆਪਣੇ ਜੋ ਪੰਜਾਬੀ ਫੈਮਿਲੀ ਦਾ ਅਤੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਵੀ ਲਿਆਓ ਪੜ੍ਹਾਈ ਦੇ ਨਾਲ ਨਾਲ, ਕਿਉਂਕਿ ਸਪੋਰਟ ਦੇ ਵਿੱਚ ਵੀ ਕਾਫੀ ਸਕੋਪ ਆ ਜੇ ਅਸੀਂ ਅੱਗੇ ਇਸ ਬਾਰੇ ਨੌਲੇਜ ਪ੍ਰਾਪਤ ਕਰਦੇ ਹਾਂ। ਕਿਉਂਕਿ ਸਟੱਡੀ ਆਪਾਂ ਨਾਲ ਕਰਦੇ ਹਾਂ ਅਤੇ ਸਟੱਡੀ ਦੇ ਨਾਲ ਸਪੋਰਟਸ ਕਰੀਏ ਅਤੇ ਆਪਾਂ ਫਿਜ਼ੀਕਲੀ ਵੀ ਫਿੱਟ ਰਹਿੰਦੇ ਹਾਂ। ਅਤੇ ਇਹੀ ਮੈਂ ਕਹਿਣਾ ਚਾਹੁੰਦੀ ਹਾਂ ਕਿਉਂਕਿ ਅਸੀਂ ਜਿੰਨਾ ਚਿਰ ਆਪਾਂ ਘਰ ਆਵਾਂਗੇ ਤਾਂ ਸਾਨੂੰ ਬਾਹਰ ਕੁਝ ਵੀ ਨਹੀਂ ਪਤਾ ਚੱਲਣਾ ਕਿ ਕੀ ਚੱਲ ਰਿਹਾ ਕੀ ਨਹੀਂ। ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਜੋ ਕੁੜੀਆਂ ਆ ਉਹਨਾਂ ਨੂੰ ਜੋ ਉਹ ਕਰਨਾ ਚਾਹੁੰਦੀਆਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਉਹ ਚੀਜ਼ ਕਰਨ ਲਈ। ਜੇ ਉਹ ਪੜ੍ਹਾਈ ਦੇ ਵਿੱਚ ਅੱਗੇ ਵਧਣਾ ਚਾਹੁੰਦੀਆਂ ਤਾਂ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ। ਜੇ ਉਹ ਕੋਈ ਸਪੋਰਟਸ ਦੇ ਵਿੱਚ ਜਾਣਾ ਚਾਹੁੰਦੀਆਂ ਤਾਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਭੇਜਿਆ ਜਾਵੇ, ਕਿਉਂਕਿ ਤੁਸੀਂ ਹੁਣ ਦੇਖਦੇ ਹਾਂ ਕੁੜੀਆਂ ਵੀ ਮੈਡਲ ਲੈ ਕੇ ਆ ਰਹੀਆਂ ਆ। ਓਲੰਪਿਕ ਦੇ ਵਿੱਚ ਗੱਲ ਕਰ ਲਈਏ, ਕਾਮਨਵੈਲਥ ਕਾਫੀ ਗੇਮਾਂ ਦੇ ਵਿੱਚ ਮੈਡਲ ਲੈ ਕੇ ਆ ਰਹੀਆਂ ਕੁੜੀਆਂ। ਅਤੇ ਇਸ ਕਰਕੇ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਨਿਆਣਿਆਂ ਨੂੰ ਸਪੋਰਟਸ ਦੇ ਵੱਲ ਵੀ ਧਿਆਨ ਦਿਓ, ਜੇ ਉਸ ਚੀਜ਼ ਨੂੰ ਪ੍ਰੇਰਿਤ ਕਰੋ ਜੋ ਚੀਜ਼ ਉਹ ਕਰਨਾ ਚਾਹੁੰਦੇ ਆ। ਦਰਸ਼ਕੋ, ਬਹੁਤ ਵਧੀਆ ਸੁਨੇਹਾ ਦਿੱਤਾ ਮਨੀਸ਼ਾ ਨੇ ਬਈ ਸਾਡੇ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ, ਪੇਰੈਂਟਸ ਨੂੰ ਚਾਹੀਦਾ ਵੀ ਆਪਣੇ ਨਿਆਣਿਆਂ 'ਚ ਕੋਈ ਫਰਕ ਨਾ ਕਰਨ, ਚਾਹੇ ਕੁੜੀਆਂ ਹੋਣ ਚਾਹੇ ਮੁੰਡੇ, ਉਹਨਾਂ ਨੂੰ ਗਰਾਊਂਡਾਂ ਦੇ ਨਾਲ ਪਿਆਰ ਪਾਉਣਾ ਚਾਹੀਦਾ ਆ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਡਰੱਗ ਇੱਕ ਬਹੁਤ ਬੜੀ ਸਮੱਸਿਆ ਬਣ ਚੁੱਕੀ ਆ। ਇਹ ਸਮੱਸਿਆ ਦਾ ਆਪਾਂ ਤਦੇ ਹੀ ਨਜਿੱਠ ਸਕਦੇ ਹਾਂ ਵੀ ਜੇ ਸਾਡੇ ਨਿਆਣਿਆਂ ਦਾ ਗਰਾਊਂਡਾਂ ਨਾਲ ਪਿਆਰ ਹੋਊਗਾ। ਮਨੀਸ਼ਾ ਜੀ, ਇੱਕ ਵਾਰੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ ਵੀ ਤੁਸੀਂ ਪੰਜਾਬੀ ਸਟੂਡੀਓ ਨੂੰ
ਬਹੁਤ ਬਹੁਤ ਆਪਣਾ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਦਿੱਤਾ। ਥੈਂਕ ਯੂ ਮਨੀਸ਼ਾ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦਰਸ਼ਕੋ, ਹੁਣ ਤੁਹਾਨੂੰ ਮਿਲਾਉਂਦੇ ਹਾਂ ਉਸ ਹੋਣਹਾਰ ਧੀ ਦੇ ਮਾਪਿਆਂ ਨਾਲ, ਅਤੇ ਬਹੁਤ ਬਹੁਤ ਵਧਾਈਆਂ ਆ ਅੰਕਲ ਜੀ ਤੁਹਾਨੂੰ, ਬਈ ਤੁਹਾਡੀ ਜਿਹੜੀ ਬੇਟੀ ਆ ਉਹ ਇੰਟਰਨੈਸ਼ਨਲ ਪਲੇਅਰ ਵਾ, ਅਤੇ ਸਾਡੇ ਮਾਲਪੁਰ ਇਲਾਕੇ ਦਾ ਮਾਣ ਤਾਣ ਬਹੁਤ ਵਧਾਇਆ ਉਹਨੇ, ਅਤੇ 2020 ਅਤੇ 2021 ਦੀ ਐਮਰਜਿੰਗ ਪਲੇਅਰ ਚੁਣੀ ਗਈ ਆ। ਕਿੰਨਾ ਕੁ ਮਾਣ ਮਹਿਸੂਸ ਕਰ ਰਹੇ ਹੋ ਤੁਸੀਂ ਜੀ? ਇਹ ਇੱਦਾਂ ਹੁੰਦੀ ਆ, ਮੇਰਾ ਆਈਡੀਆ ਇਹ ਆ ਵੀ ਤੁਸੀਂ ਆਪ ਨਾ ਕਹੋ ਵੀ ਅਸੀਂ ਬੱਚਿਆਂ ਨੂੰ ਆਹ ਬਣਾਉਣਾ ਆ, ਆਹ ਬਣਾਉਣਾ, ਇੰਜੀਨੀਅਰ ਬਣਾਉਣਾ, ਇਹਨੂੰ ਡਾਕਟਰ ਬਣਾਉਣਾ, ਇਹਨੂੰ ਕੋਈ ਮਾਸਟਰ ਬਣਾਉਣਾ ਜਾਂ ਟੀਚਰ ਬਣਾਉਣਾ ਜਾਂ ਕੋਈ ਦੂਸਰਾ ਪ੍ਰੋਫੈਸਰ ਬਣਾਉਣਾ। ਉਹ ਬੱਚਿਆਂ ਨੂੰ ਪੁੱਛੋ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ, ਬੱਚਿਆਂ ਨੂੰ ਪੁੱਛੋ ਕੀ ਕਰਨਾ ਚਾਹੁੰਦਾ। ਇਹਨੇ ਲੜਕੀ ਨੇ, ਵੈਸੇ ਤਾਂ ਮੇਰੀਆਂ ਵੱਡੀਆਂ ਲੜਕੀਆਂ ਆ, ਉਹਨਾਂ ਨੇ ਪੁੱਛਿਆ, ਉਹਨਾਂ ਨੇ ਕਿਹਾ ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ। ਮੈਂ ਕਿਹਾ ਬਿਲਕੁਲ ਕਰੋ। ਮੈਂ ਇਹਨੂੰ ਪੁੱਛਿਆ ਜਦੋਂ ਵੀ ਤੂੰ ਕਿਆ ਕਰਨਾ ਚਾਹੁੰਦੀ ਹੈ, ਕਹਿੰਦੀ ਮੈਂ ਫੁੱਟਬਾਲ ਖੇਡਣਾ ਚਾਹੁੰਦੀ ਹਾਂ। ਮੈਂ ਕਿਹਾ ਬਿਲਕੁਲ ਖੇਲੋ। ਤਾਂ ਮੈਂ ਕਿਹਾ ਤੂੰ ਖੇਲੂ ਕਿੱਦਾਂ, ਇੱਥੇ ਕੋਈ ਕੁੜੀ ਆਲ ਦੁਆਲ ਦੇ 10-12 ਪਿੰਡਾਂ 'ਚ ਵੀ ਕੋਈ ਕੁੜੀ ਨਹੀਂ ਖੇਡਦੀ ਹੈ ਫੁੱਟਬਾਲ, ਅਤੇ ਤੂੰ ਕਿੱਦਾਂ ਖੇਲੂੰਗੀ? ਕਹਿੰਦੀ ਮੈਂ ਆਪਣੇ ਆਪ ਹੀ ਖੇਡ ਲੈਣਾ। ਦੇਖੋ ਬੜੀ ਹੈਰਾਨੀ ਦੀ ਗੱਲ ਆ। ਫਿਰ ਮੁੰਡਿਆਂ ਨਾਲ ਖੇਡਦੀ ਸੀਗੀ। ਬਹੁਤ ਵਧੀਆ ਗੱਲ ਕੀਤੀ ਵੀ ਤੁਸੀਂ ਕੋਈ ਫਰਕ ਨਹੀਂ ਕੀਤਾ, ਜਦੋਂ ਤੋਂ ਬਚਪਨ ਤੋਂ ਹੀ ਇਹ ਮੁੰਡਿਆਂ ਨਾਲ ਪ੍ਰੈਕਟਿਸ ਕਰਦੀ ਸੀ ਵੀ ਤੁਹਾਨੂੰ ਮਾਣ ਮਹਿਸੂਸ ਹੋਇਆ। ਹੁਣ ਇਹ ਇੰਟਰਨੈਸ਼ਨਲ ਪਲੇਅਰ, ਅਮਰਜਿੰਗ ਪਲੇਅਰ ਆਫ ਦਾ ਜੀਅਰ ਚੁਣੀ ਗਏ, ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਤੁਸੀਂ? ਇਹਦੇ ਵਿੱਚ ਅਸੀਂ ਤਾਂ ਕਰਦੇ ਹਾਂ ਮਾਣ ਮਹਿਸੂਸ। ਇਹਦੇ ਸਕੂਲ ਵਾਲੇ ਟੀਚਰ ਉਹ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਵੀ ਇਹ ਦੇਖੋ ਸਾਡੇ ਸਕੂਲ ਦੀ ਕੁੜੀ ਕਿੱਥੇ ਤੱਕ ਪਹੁੰਚੀ ਆ। ਇਹਨੇ ਇੱਕ ਦੀ ਹੋਰ ਮੈਂ ਤੁਹਾਨੂੰ ਦੱਸਾਂ ਵੀ ਜੋ ਵੀ ਤੁਸੀਂ ਕੰਮ ਕਰਦੇ ਆ ਉਹ 'ਤੇ ਮਿਹਨਤ ਕਰੋ। ਮਿਹਨਤ ਇਹਦੀ ਇੰਨੀ ਕੁ ਆ ਵੀ ਘਰ ਵੀ ਦੇਖੋ ਲੋ ਐਕਸਰਸਾਈਜ਼ ਕਰਦੀ ਆ, ਸ਼ਾਮ ਨੂੰ ਸਵੇਰ ਨੂੰ ਗਰਾਊਂਡ ਵਿੱਚ ਜਾਂਦੀ ਆ। ਹੁਣ ਬੇਸ਼ੱਕ ਬੰਦ ਆ ਟੂਰਨਾਮੈਂਟ ਜਾਂ ਕੁਛ ਵੀ ਆ, ਬੰਦ ਆ ਫੁੱਟਬਾਲ, ਤਾਂ ਮੁੰਡਿਆਂ ਨਾਲ ਜਾਂਦੀ ਆ, ਹੁਣ ਵੀ ਖੇਡਣ ਜਾਂਦੀ ਆ, ਅਤੇ ਫਿਰ ਦੇਖ ਲਓ ਗੋਲ ਕਰਦੀ ਆ। ਇਹ ਤਾਂ ਕੁੜੀ ਮਿਹਨਤ ਦੀ ਗੱਲ ਕੀਤੀ ਜੀ, ਮਿਹਨਤ ਅਤੇ ਲਗਨ ਤਾਂ ਹਰੇਕ ਚੀਜ਼ ਲਈ ਲੋੜ ਆ। ਤੁਸੀਂ ਮਾਤਾ ਜੀ ਕਿੱਦਾਂ ਮਹਿਸੂਸ ਕਰ ਰਹੇ ਹੋ ਵੀ ਤੁਹਾਡੀ ਲੜਕੀ ਇੰਟਰਨੈਸ਼ਨਲ ਪਲੇਅਰ ਵਾ, ਵੀ ਹੁਣ ਇਲਾਕੇ ਦਾ ਮਾਣ ਆ, ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਅਸੀਂ ਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ, ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਸਾਡਾ ਬੱਚਾ ਇੱਥੇ ਤੱਕ ਪਹੁੰਚਾ। ਹਾਂਜੀ ਆਂਟੀ ਜੀ, ਇੱਕ ਗੱਲ ਹੋਰ ਆ ਬਈ, ਜਿੱਦਾਂ ਮਾਮਾ ਨੂੰ ਇਹ ਹੁੰਦਾ ਵੀ ਉਹਨਾਂ ਦੀ ਕੁੜੀ ਘਰ ਦਾ ਕੰਮ ਕਰੇ, ਕੀ ਮਨੀਸ਼ਾ ਤੁਹਾਡੇ ਨਾਲ ਹੱਥ ਬਟਾ ਲੈਂਦੀ ਹੈ ਜੀ ਘਰ ਦਾ ਕੰਮ? ਹਾਂਜੀ ਬਟਾ ਲੈਂਦੀ ਹੈ। ਹਾਂਜੀ ਘਰ ਦਾ ਕੰਮ ਵੀ ਕਰਦੀ ਹੈ, ਚਲੋ ਖੇਡਦੀ ਵੀ ਹੈ ਜੀ। ਜੇ ਘਰ ਹੁੰਦੀ ਤਾਂ ਘਰ ਦਾ ਕੰਮ ਮੇਰੇ ਨਾਲ ਸਵੇਰੇ ਸਵੇਰੇ ਕਰਾ ਦਿੰਦੀ ਥੋੜ੍ਹਾ ਬਹੁਤਾ, ਅਤੇ ਇੰਨਾ ਬਹੁਤ ਹੈ ਬੱਚਾ ਜਿਹੜਾ ਖੇਡਦਾ ਉਹਨੂੰ, ਇੰਨਾ ਸਾਨੂੰ ਮਾਣ ਬਹੁਤ ਹੈ ਜੀ। ਬਹੁਤ ਮਾਣ ਵਾਲੀ ਗੱਲ ਆ ਜੀ ਬਈ, ਸਾਰਾ ਇਲਾਕਾ ਮਾਂ ਪੇ ਮਨੀਸ਼ਾ ਦੇ ਬਹੁਤ ਖੁਸ਼ ਵਾ, ਸਾਡੇ ਲਈ ਬਹੁਤ ਬੜੀ ਗੱਲ ਵਾ ਬਈ। ਮਨੀਸ਼ਾ ਇੱਥੋਂ ਇੱਕ ਮੀਡੀਅਮ ਪਰਿਵਾਰ ਦੇ ਵਿੱਚੋਂ ਉੱਠ ਕੇ ਇੰਟਰਨੈਸ਼ਨਲ ਤੱਕ ਸਫ਼ਰ ਕਰ ਚੁੱਕੀ ਹੈ, ਹਜੇ ਤੱਕ ਵੀ ਉਹਨੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣਾ ਆ, ਬਹੁਤ ਬੜੀ ਗੱਲ ਵਾ। ਇਹਨਾਂ ਦੇ ਮਾਂ ਪਿਓ ਲਈ ਵੀ ਬਹੁਤ ਸੰਘਰਸ਼ ਭਰੀ ਜ਼ਿੰਦਗੀ ਰਹੀ ਆ। ਅੰਕਲ ਜੀ ਥੋੜ੍ਹਾ ਜਿਹਾ ਦੱਸਿਓ ਵੀ ਤੁਹਾਡਾ ਇੱਕ ਐਕਸੀਡੈਂਟ ਹੋਇਆ ਸੀ, ਅਤੇ ਇਸ ਕਰਕੇ ਤੁਸੀਂ ਕਾਫੀ ਸਮਾਂ ਮੰਜੇ 'ਤੇ ਪੈ ਰਹੇ ਤੇ, ਉਹਨਾਂ ਔਕੜਾਂ ਦੇ ਵਿੱਚ ਤੁਸੀਂ ਕਿੱਦਾਂ ਸਰਵਾਈਵ ਕੀਤਾ ਅਤੇ ਤੁਹਾਡੇ ਬੱਚਿਆਂ ਨੇ ਕਿੱਦਾਂ ਸਰਵਾਈਵ ਕੀਤਾ, ਅਤੇ ਮਨੀਸ਼ਾ ਨੂੰ ਨੇ ਉਦੋਂ ਵੀ ਫੁੱਟਬਾਲ ਜਾਰੀ ਰੱਖਿਆ, ਕਿੱਦਾਂ ਦੇਖਦੇ ਹੋ ਤੁਸੀਂ ਇਸ ਸਮੇਂ ਨੂੰ ਜਿਹੜਾ ਟਾਈਮ ਤੁਹਾਡਾ ਬੀਤਿਆ, ਕਿੱਦਾਂ ਲੰਘਿਆ ਸਮਾਂ ਉਹ? ਮੈਂ ਤੁਹਾਨੂੰ ਹੁਣ ਆਪਣੇ ਬਾਰੇ ਦੱਸਾਂ, ਜੇ ਮੈਂ ਇਕੱਲਾ ਇਕੱਲਾ ਆ, ਕੋਈ ਮੇਰਾ ਚਾਚਾ ਤਾਇਆ ਵੀ ਕੋਈ ਨਹੀਂ, ਮਾਮਾ ਵੀ ਕੋਈ ਨਹੀਂ, ਨਾਨਾ ਮਾਮਾ ਕੋਈ ਨਹੀਂ ਹੈ, ਅਤੇ ਮੈਂ ਇਕੱਲਾ ਇਕੱਲਾ ਹਾਂ, ਅਤੇ ਮੇਰਾ ਵੀ ਜਦੋਂ ਕੋਈ ਭਾਈ ਭੈਣ ਨਹੀਂ, ਕੁਛ ਨਹੀਂ ਹੈ, ਅਤੇ ਮੈਂ ਮੰਜੇ ਦੇ ਉੱਤੇ ਪਿਆ ਸੀਗਾ। ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਸੀਗਾ, 7-8 ਸਾਲ ਮੈਂ ਮੰਜੇ ਤੋਂ ਉੱਠਿਆ ਨਹੀਂ ਹੈ, ਹੁਣੇ ਥੋੜ੍ਹਾ ਬਹੁਤ ਉੱਠਿਆ। ਪਰ ਮਨੀਸ਼ਾ ਤੋਂ ਮੈਂ ਹੈਰਾਨ ਹਾਂ ਵੀ ਇਹ ਇਹਨੇ ਕਿਸੇ ਵੀ ਪੈਸੇ ਦੀ ਸਪੋਰਟ ਤੋਂ ਬਿਨਾਂ ਇਹਨੇ ਦੇਖ ਲਓ ਵੀ ਆਪਣਾ ਆਪ ਬਿਲਕੁਲ ਜਾਰੀ ਰੱਖੀ ਆਪਣੀ ਪ੍ਰੈਕਟਿਸ, ਅਤੇ ਫਿਰ ਦੇਖ ਲਓ ਵੀ ਇਹਨੇ ਜੋ ਕੁਛ ਕੀਤਾ, ਮੈਂ ਸਮਝਦਾ ਵੀ ਆਪੇ ਕੀਤਾ ਹੈ ਨਾ। ਬੱਚਿਆਂ ਨੂੰ ਇੱਦਾਂ ਦੇ ਬਣਨਾ ਚਾਹੀਦਾ ਸਭ ਦਿਆਂ ਨੂੰ ਵੀ ਆਪਣਾ ਆਪੇ ਕਰ ਸਕਣਾ।
13 साल की उम्र तो लैके अज तक इन्हें साढ़े को कुछ मंगया नहीं, कोई लेना नहीं देना नहीं, को अपने आप ही अपना सब कुछ कर दिया है 13 साल की उम्र तो लैके। बहुत माण वाली गल है भी घर के इनिया औकड़ा तंगिया तोशिया होने के बावजूद भी एक गरीब परिवार का बच्चा इंटरनेशनल खेड गया तो हजे भी वह अपन बुलंदियों के बल में पुज रही आ। तो थोड़ा बहुत बहुत धन्यवाद वा अंकल जी भी तुसी पंजाबी स्टूडियो नूं टाइम दिता, बहुत बहुत धन्यवाद वा जी, थैंक यू जी। तो एक बारी जाते जाते साडे दर्शकों नूं तुसी की कहना चाहते हो भी एज ए पेरेंट्स तुसी की सुनेहा देना चाहते हो मापियां नूं भी तां कि होर भी मापे तुहाडे वल्लां देख के इंस्पायर होण, की सुनेहा देना चाहते हो तुसी? मेरा तो सब नूं यही सुनेहा आया जी माँ पे नूं भी ਤੁਸੀਂ ਆਪ ਨਾ ਕਹੋ ਵੀ ਸਾਡਾ ਅਸੀਂ ਆਹ ਬਣਾਉਣਾ ਬੱਚੇ ਨੂੰ, ਆਹ ਬਣਾਉਣਾ ਬੱਚੇ ਨੂੰ। ਬੱਚੇ ਨੂੰ ਪੁੱਛੋ ਤੁਹਾਡਾ ਤੇਰਾ ਇੰਟਰਸਟ ਕਿੱਧਰ ਆ, ਖਾਸ ਕਰਕੇ ਲੜਕੀਆਂ ਨੂੰ। ਲੜਕੀਆਂ ਨੂੰ ਸਾਡੇ ਕੋਈ ਪੁੱਛਦਾ ਨਹੀਂ ਹੈ ਜ਼ਿਆਦਾ, ਇਹੀ ਅੰਦਰੇ ਬਾਹਰ ਰੱਖਦੇ ਆ। ਕੋਈ ਉੱਦਾਂ ਕਹਿੰਦੇ ਵਾ ਕੁੜੀਆਂ ਮੁੰਡਿਆਂ 'ਚ ਫਰਕ ਨਹੀਂ ਹੈ, ਪਰ ਤੁਸੀਂ ਦੇਖਦੇ ਆ ਵੀ ਕਿੱਥੇ ਫਰਕ ਨਹੀਂ ਹੈ, ਕਾ ਕਿਉਂ ਫਰਕ ਨਹੀਂ ਆ, ਬਹੁਤ ਫਰਕ ਕਰਦੇ ਆ। ਕੁੜੀਆਂ ਨੂੰ ਤਾਂ ਬਿਲਕੁਲ ਹੀ ਨਹੀਂ ਬਾਹਰ ਕੱਢਦੇ, ਅੰਦਰੇ ਬਿਠਾਲਦੇ। ਕੁੜੀਆਂ ਨੂੰ ਮੌਕਾ ਦਿਓ, ਕੋਈ ਨਹੀਂ ਇੱਦਾਂ ਦੀ ਗੱਲ, ਕੁਛ ਨਹੀਂ ਹੁੰਦਾ। ਜਿੰਨਾ ਤੁਸੀਂ ਉਹਨਾਂ ਨੂੰ ਮੌਕਾ ਦਿਓਗੇ ਉਨਾ ਹੀ ਕੁੜੀਆਂ ਜ਼ਿਆਦਾ ਅੱਗੇ ਵਧੂਗਾ। ਤੁਸੀਂ ਦੇਖੋਗੇ ਵੀ ਹੁਣ ਓਲੰਪਿਕ ਚੱਲਦੀ ਆ, ਓਲੰਪਿਕ ਵਿੱਚ ਕੁੜੀਆਂ ਦੇ ਮੈਡਲ ਆ ਜ਼ਿਆਦਾ। ਦਰਸ਼ਕੋ ਬਹੁਤ ਵਧੀਆ ਸੁਨੇਹਾ ਦਿੱਤਾ ਮਨੀਸ਼ਾ ਦੇ ਮਾਪਿਆਂ ਨੇ ਵੀ ਸਾਡੀਆਂ ਕੁੜੀਆਂ ਨੂੰ ਵੀ ਫੀਲਡ ਵਿੱਚ ਆਉਣਾ ਚਾਹੀਦਾ ਆ, ਬਈ ਇਹਨਾਂ ਨੂੰ ਘਰਾਂ ਦੇ ਘਰ ਦੀ ਚਾਰ ਦੀਵਾਰੀ ਵਿੱਚ ਨਹੀਂ ਰੱਖਣਾ ਚਾਹੀਦਾ, ਤਾਂ ਕਿ ਵੀ ਇਹ ਵੀ ਆਪਣੇ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰ ਸਕਣ। ਤੁਹਾਡਾ ਵੀ ਬਹੁਤ ਥੈਂਕ ਯੂ ਆ ਜੀ ਵੀ ਤੁਸੀਂ ਆਪਣੀ ਲੜਕੀ ਨੂੰ ਇੰਨੀ ਖੁੱਲ੍ਹ ਦਿੱਤੀ, ਖੁੱਲ੍ਹ ਦਾ ਮਤਲਬ ਵੀ ਇੰਨੀ ਆਜ਼ਾਦੀ ਦਿੱਤੀ ਕਿ ਉਹ ਆਪਣੇ ਸੁਪਨੇ ਸਾਕਾਰ ਕਰ ਸਕੇ। ਬਹੁਤ ਬਹੁਤ ਥੈਂਕ ਯੂ ਆ ਪੰਜਾਬੀ ਸਟੂਡੀਓ ਨੂੰ ਟਾਈਮ ਦੇਣ ਲਈ ਅੰਕਲ ਜੀ, ਤੁਹਾਡਾ ਧੰਨਵਾਦ ਜੀ। ਸਭ ਧੰਨਵਾਦ ਜੀ। ਅਤੇ ਮੇਰੇ ਵੱਲ ਤਾਂ ਬਸ ਇਹੀ ਸੁਨੇਹਾ ਹੈ ਜੀ ਵੀ ਲੜਕੀਆਂ ਨੂੰ ਵੱਧ ਤੋਂ ਵੱਧ ਨਾ ਉਹਨਾਂ ਨੂੰ ਮੌਕਾ ਦਿਓ, ਜੋ ਵੀ ਉਹ ਕਰਨਾ ਚਾਹੁੰਦੀਆਂ ਉਹਨਾਂ ਨੂੰ ਪੁੱਛੋ ਵੀ ਕੀ ਕਰਨਾ ਚਾਹੁੰਦੀਆਂ। ਇਹ ਜਦੋਂ ਤੁਸੀਂ ਪੁੱਛਣਾ ਸ਼ੁਰੂ ਕਰ ਦੋਗੇ ਤਾਂ ਲੜਕੀਆਂ ਕਿੱਥੇ ਨੇ ਕਿੱਥੇ ਚੱਲ ਗਈਆਂ, ਤੁਸੀਂ ਹੈਰਾਨ ਹੋ ਜਾਓਗੇ। ਇੱਕ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਅੱਜ ਦੀ ਕੁੜੀ ਦੀ ਮਿਸਾਲ ਦੇਖ ਲਓ ਵੀ ਕਿੱਥੇ ਪਹੁੰਚ ਗਈ ਆ ਹੁਣ, ਜਿੱਥੇ ਕਿ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਕੋਈ ਕੁੜੀ ਨਹੀਂ ਖੇਡਦੀ ਹੈ। ਦਰਸ਼ਕਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਤਾਂ ਕਿ ਇਹ ਸੁਨੇਹਾ ਹਰੇਕ ਪੰਜਾਬ ਦੇ ਉਸ ਘਰ ਵਿੱਚ ਪਹੁੰਚ ਸਕੇ ਜਿੱਥੇ ਧੀਆਂ ਨੂੰ ਆਜ਼ਾਦੀ ਨਹੀਂ ਆ, ਕਿਉਂਕਿ ਹੁਣ ਲੋੜ ਵਾ ਸਮੇਂ ਦੀ ਵੀ ਸਾਡੀਆਂ ਧੀਆਂ ਵੀ ਸਮਾਜ ਦੇ ਵਿੱਚ ਸਿਰ ਚੱਕ ਕੇ ਜੀ ਸਕਣ। ਬਹੁਤ ਬਹੁਤ ਥੈਂਕ ਯੂ ਦਰਸ਼ਕੋ, ਧੰਨਵਾਦ ਤੁਹਾਡਾ ਸਾਰਿਆਂ ਦਾ।